ਸਰਦਾਰ ਸੁਖਬੀਰ ਸਿੰਘ ਬਾਦਲ ਸ਼ੁਰੂ ਤੋਂ ਲੈ ਕੇ ਪਾਰਟੀ ਨੂੰ ਪਾਰਟੀ ਨਹੀਂ ਸਮਝਦੇ, ਇੱਕ ਕੰਪਨੀ ਦੀ ਤਰ੍ਹਾਂ ਟ੍ਰੀਟ ਕਰਦੇ। ਅਕਾਲੀ ਦਲ ਦੇ ਜਿਹੜੇ ਧਾਮੀ ਸਾਹਿਬ ਨੇ ਉਹ ਵੀ ਵੋਟਾਂ ਦਾ ਜ਼ਿਕਰ ਕਰ ਰਹੇ ਆ, ਕੀ ਅੰਮ੍ਰਿਤਪਾਲ ਹੋਰਾਂ ਦੇ ਨਾਲ ਤੁਸੀਂ ਚੱਲਣ ਲਈ ਤਿਆਰ ਹੋ? SGPC ਅੰਮ੍ਰਿਤਪਾਲ ਦੇ ਨਾਲ ਤੁਹਾਡੇ ਸਾਥੀ ਸਾਰੇ ਚੱਲਣ ਲਈ ਤਿਆਰ? ਮੈਂ ਇਹਨੂੰ ਨਵੀਂ ਗੱਲ ਨਹੀਂ ਸਮਝਦੀ ਕਿ ਅੱਜ ਉਹਨਾਂ ਨੇ ਤੋੜ ਦਿੱਤੀ ਕੋਰ ਕਮੇਟੀ, ਉਹਦੇ ਸ਼ੁਰੂ ਤੋਂ ਲੈ ਕੇ ਜੀ ਜਦੋਂ ਜੀ ਕਰਦਾ ਕਿਸੇ ਨੂੰ ਕੱਢ ਦਿਓ, ਕਿਸੇ ਨੂੰ ਪਾ ਲਓ। ਰਾਮ ਰਹੀਮ ਦੀ ਮਾਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਾਂ ਜਿਹੜਾ ਕੇਸ ਵਾਪਸ ਲਿਆ 2007 ਵਿੱਚ, ਵਰਕਿੰਗ ਕਮੇਟੀ ਦੇ ਅਸੀਂ ਮੈਂਬਰ ਹੈ, ਕਿੰਨੇ ਮੈਂਬਰ ਹਾਜ਼ਰ ਹੋਏ ਸੀ, ਕਿਹਨਾਂ ਨੂੰ ਚਿੱਠੀਆਂ ਕੱਢੀਆਂ ਸੀ, ਕਿਹਨਾਂ ਨੂੰ ਬੁਲਾਇਆ ਸੀ, ਉੱਥੇ ਪਤਾ ਤਾਂ ਲੱਗਣਾ ਚਾਹੀਦਾ ਨਾ। ਕਾਰਨ ਕੀ ਹੈ? ਸਿਰਫ 3 ਲੀਡਰ ਤੁਸੀਂ ਮੰਨਦੇ ਹੋ, ਇੱਕ ਸਰਦਾਰ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਚੌਥਾ ਲੀਡਰ ਕੌਣ? ਚੌਥੇ ਦੀ ਕੋਈ ਫੋਟੋ ਨਹੀਂ ਲਾਉਣ ਦਿੰਦਾ। ਕੌਮ ਜਿਹੜੀ ਹੈ ਸਾਡੇ 'ਤੇ ਭਰੋਸਾ ਟੁੱਟ ਗਿਆ, ਸਾਡੇ ਦੂਰ ਹੋ ਗਏ, ਅਸੀਂ ਦੂਰੀ ਨਹੀਂ ਸਾਰ ਸਕੇ। ਅਸੀਂ ਆਪ ਹੀ ਰੋਕਿਆ ਕਿ ਤੁਸੀਂ ਨਹੀਂ ਜਾਣਾ, ਅਸੀਂ ਚੱਲੇ। ਨਹੀਂ, ਮੇਰਾ ਜੀਤ, ਮੈਂ ਤਾਂ ਪਹਿਲਾਂ ਹੀ ਸੀ ਪ੍ਰਧਾਨ, ਹਾਂ ਜਾਂ ਨਹੀਂ ਹੈ, ਮੇਰਾ ਖਿਆਲ ਮੈਂ ਪ੍ਰਧਾਨ ਤੋਂ ਵੀ ਕਈ ਵਾਰ ਜ਼ਿਆਦਾ ਕੰਮ ਕਰਦੀ। ਉਹਨਾਂ 'ਤੇ NSA ਫਜ਼ੂਲ ਹੀ ਲੱਗੀ ਹੋਈ ਹੈ, ਨਹੀਂ ਲੱਗਣੀ ਚਾਹੀਦੀ, ਕਿਉਂਕਿ ਜਿੰਨਾ ਕੁ ਦੋਸ਼ ਹੋਵੇ ਉਹ ਪਰਚਾ ਦਰਜ ਹੋਣਾ ਚਾਹੀਦਾ, ਪਰ NSA ਵਾਲੀ ਉਹ ਗੱਲ ਬਣਦੀ ਨਹੀਂ ਸੀ। ਬਾਲ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ? ਮੈਂ ਕੀ ਕਹਿਣਾ ਜੀ, ਇਸ 'ਤੇ ਕਹਿ ਕਹਿ ਕੇ ਥੱਕ ਕੇ, ਉਹਨਾਂ ਕਿਹੜੀ ਸੁਣੀ ਸਾਡੀ। ਗਲਤ ਗੱਲਾਂ ਕਿਉਂ ਕਰ ਰਹੀਆਂ ਜੀ ਐਵੇਂ? ਇਹ ਕੋਈ ਗੱਲਾਂ ਨੇ ਕੁਝ ਹੁੰਦੀਆਂ, ਇਹਦਾ ਮਤਲਬ ਕਿ ਇੱਕ ਪ੍ਰਧਾਨ ਹੋ ਕੇ ਕੁਰਸੀ ਪਿਆਰੀ ਹੈ ਕਿ ਸਿਧਾਂਤ ਪਿਆਰੇ ਨੇ, ਕੌਮ ਪਿਆਰੀ ਹੈ ਨੀ? ਉਹ ਬੋਲਦੇ ਆ, ਉਹ ਸਾਡੇ ਖਿਲਾਫ਼ ਬੜਾ ਕੁਛ ਲਾ ਰਹੇ ਆ ਜੀ, ਕਦੇ ਗਦਾਰ ਕਹਿੰਦੇ ਸਾਨੂੰ, ਕਦੇ ਸਾਨੂੰ ਕਹਿੰਦੇ ਰੁਤਬੇ ਬੜੇ ਮਾਣੇ ਆ ਜੀ। ਜੇ ਅਸੀਂ ਕਿਤੇ MLA ਬਣੇ ਹਾਂ, ਲੋਕਾਂ ਨੇ ਵੋਟਾਂ ਪਾਈਆਂ ਤੇ ਅਸੀਂ ਚੁਣ ਕੇ ਗਏ ਉੱਥੇ, ਜੇ ਅਸੀਂ MLA ਬਣੇ ਹਾਂ ਤੇ ਮੁੱਖ ਮੰਤਰੀ ਹੋ ਬਣੇ। ਗੱਲ ਅਕਾਲੀ ਦਲ ਦੀ ਹੋ ਰਹੀ ਹੈ, ਗੱਲ ਮਾਫ਼ੀਨਾਮੇ ਦੀ ਹੋ ਰਹੀ ਹੈ, ਗੱਲ ਕੋਰ ਕਮੇਟੀ ਭੰਗ ਕਰਨ ਦੀ ਹੋ ਰਹੀ ਹੈ, ਤਾਂ ਗੱਲ ਕਰਾਂਗੇ ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਕਿ ਹੁਣ ਅੱਗੇ ਕੀ। ਬੀਬੀ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਕੋਰ ਕਮੇਟੀ ਜਿਹੜੀ ਭੰਗ ਕਰ ਦਿੱਤੀ ਗਈ, ਇਸ ਦੇ ਮਾਇਨੇ ਕੀ ਸਮਝ ਰਹੇ ਹੋ ਤੁਸੀਂ, ਜਿਹੜੇ ਤੁਸੀਂ ਨਾਰਾਜ਼ ਸਾਰੇ ਚੱਲ ਰਹੇ ਹੋ? ਕੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਾਰੀਆਂ ਪਾਵਰਾਂ ਆਪਣੇ ਕੋਲ ਰੱਖ ਲਈਆਂ? ਕੀ ਕੋਰ ਕਮੇਟੀ ਰਹਿੰਦਿਆਂ ਤੁਹਾਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਸੀ? ਕੀ ਕੋਰ ਕਮੇਟੀ ਭੰਗ ਕਰਨ ਦੇ ਨਾਲ ਹੁਣ ਤੁਹਾਨੂੰ ਸਾਰਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ? ਕੀ ਕੋਰ ਕਮੇਟੀ ਭੰਗ ਕਰਨ ਦੇ ਨਾਲ ਤੁਹਾਡੇ ਕੁਝ ਬੰਦੇ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ? ਇਸ ਦੇ ਮਾਇਨੇ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼ੁਰੂ ਤੋਂ ਲੈ ਕੇ ਪਾਰਟੀ ਨੂੰ ਪਾਰਟੀ ਨਹੀਂ ਸਮਝਦੇ, ਇੱਕ ਕੰਪਨੀ ਦੀ ਤਰ੍ਹਾਂ ਟ੍ਰੀਟ ਕਰਦੇ। ਸਾਡੇ ਇੱਕ ਸਮਾਗਮ 'ਤੇ ਆਏ ਸੀ ਅਤੇ ਉੱਥੇ ਬੋਲਦਿਆਂ ਬੋਲਦਿਆਂ ਉਹਦੇ ਮੂੰਹ ਵੀ ਨਿਕਲਿਆ ਕਿ ਇੱਕ ਕੰਪਨੀ ਦੀ ਤਰ੍ਹਾਂ ਹੁੰਦਾ ਅਤੇ ਉਹਦਾ ਇੱਕ CEO ਹੁੰਦਾ ਅਤੇ ਬਾਕੀ ਸਾਰੇ ਸ਼ੇਅਰ ਹੋਲਡਰ ਹੁੰਦੇ, ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ। ਉਹਦੇ ਵਿੱਚ ਸੰਗਤ ਹੱਸਣ ਲੱਗ ਪਈ ਵੀ ਦੇਖੋ, ਪਾਰਟੀ ਦਾ ਅਤੇ ਇੱਕ ਕੰਪਨੀ ਦਾ ਕਿੰਨਾ ਫਰਕ ਹੈ।
ਮਤਲਬ ਜਿਹਦੀ ਸੋਚ ਇੱਦਾਂ ਦੀ ਹੋਵੇ ਕਿ ਪਾਰਟੀ ਜਿਹੜੀ ਹੈ ਉਹ ਇੱਕ ਕੰਪਨੀ ਦੀ ਤਰ੍ਹਾਂ ਚੱਲਦੀ ਹੈ, ਤੁਸੀਂ ਇਹ ਦੱਸੋ ਕਿ ਪਾਰਟੀ ਕਿੱਦਾਂ ਚੱਲੂਗੀ। ਹੁਣ ਉਹ ਪਾਰਟੀ ਨੂੰ ਇਹ ਕੋਈ ਨਵੀਂ ਗੱਲ ਨਹੀਂ ਹੈ, ਮੈਂ ਇਹਨੂੰ ਨਵੀਂ ਗੱਲ ਨਹੀਂ ਸਮਝਦੀ ਕਿ ਅੱਜ ਉਹਨਾਂ ਨੇ ਤੋੜ ਦਿੱਤੀ ਕੋਰ ਕਮੇਟੀ। ਉਹਦੇ ਸ਼ੁਰੂ ਤੋਂ ਲੈ ਕੇ ਜੀ ਜਦੋਂ ਜੀ ਕਰਦਾ ਕਿਸੇ ਨੂੰ ਕੱਢ ਦਿਓ, ਕਿਸੇ ਨੂੰ ਪਾ ਲਓ, ਜਿੱਥੇ ਜਾਣਗੇ ਕਿਸੇ ਨੂੰ ਟਿਕਟ ਐਲਾਨ ਕਰਨਾ ਹੋਵੇ MP ਦੀ, ਉੱਥੇ ਜਾ ਕੇ ਦੇਖਿਆ ਕਿ ਉਹਦੀ ਅਮੀਰੀ ਹੈਗੀ ਹੈ, ਉਹਦੇ ਕੋਲ ਚਾਰ ਪੈਸੇ ਹੈਗੇ ਹੈ, ਉਹਨੂੰ ਇੰਚਾਰਜ ਲਾ ਦਿੱਤਾ ਹਲਕੇ ਦਾ, ਉਹਨੂੰ MP ਦੀ ਟਿਕਟ ਐਲਾਨ ਕਰ ਦਿੱਤੀ। ਬਾਅਦ 'ਚ 2-3 ਸਾਲ ਉਹਨੂੰ ਵਰਤ ਕੇ ਉਹ ਤੋਂ ਬਾਅਦ ਕਹਿਣਾ ਕਿ ਤੇਰਾ ਤਾਂ ਹੁਣ ਗ੍ਰਾਫ ਬਹੁਤ ਥੱਲੇ ਗਿਆ ਹੋਇਆ, ਤੇਰੀ ਹੱਕ 'ਚ ਨਹੀਂ ਰਿਪੋਰਟ ਆ ਰਹੀ, ਫਿਰ ਦੂਜਾ ਕੋਈ ਲੱਭ ਲੈਣਗੇ। ਸੋ ਉਹਨਾਂ ਦੀ ਇਹੀ ਵੀਕਨੈਸ ਹੈ ਕਿ ਉਹ ਜਿੱਥੇ ਜੀ ਕਰਦਾ ਉੱਥੇ ਉਹ ਕੁਛ ਕਰਦੇ ਹੈ, ਕਿਸੇ ਨੇ ਸਲਾਹ ਨਹੀਂ ਕਰਨੀ, ਜੇ ਸਲਾਹ ਕਰਨੀ ਤਾਂ ਕਿਸੇ ਨੇ ਜੇ ਚੰਗੀ ਸਲਾਹ ਦੇਣੀ ਤਾਂ ਮੰਨਣੀ ਨਹੀਂ। ਉਹਨਾਂ ਦੀ ਆਪਣੀ ਜਿੱਦਾਂ ਮਨੋਪਲੀ ਹੁੰਦੀ ਹੈ, ਇੱਦਾਂ ਚਲਾਉਣਾ ਚਾਹੁੰਦੇ ਪਾਰਟੀ ਨੂੰ। ਕੱਲ੍ਹ ਵੀ ਜਿਹੜਾ ਹੋਇਆ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਹਨਾਂ ਨੇ ਪਹਿਲਾਂ 2022 ਦੇ ਵਿੱਚ ਜਦੋਂ ਰਿਪੋਰਟ ਆਈ ਸੀ, 2022 ਦੇ ਵਿੱਚ ਉਹਨਾਂ ਨੇ ਕਮੇਟੀ ਬਣਾਈ, ਆਪ ਹੀ ਝੁੰਦਾ ਕਮੇਟੀ ਬਣਾਈ। ਪਹਿਲਾਂ ਉਹਨਾਂ ਨੇ ਸਾਰੇ ਸੀਨੀਅਰ ਬੰਦਿਆਂ ਦੀ ਕਮੇਟੀ ਬਣਾਈ ਸੀ, ਫਿਰ ਉਹਨਾਂ ਨੇ ਜਾ ਕੇ ਸੋਚਿਆ ਕਿ ਸੀਨੀਅਰਸ ਜਦੋਂ ਜਾਣਗੇ ਤਾਂ ਹੋ ਸਕਦਾ ਕਿ ਲੋਕੀ ਬਹੁਤਾ ਸਾਹਮਣੇ ਖੁੱਲ੍ਹ ਕੇ ਨਾ ਬੋਲਣ। ਉਹਨਾਂ ਨੇ ਫਿਰ 2nd ਲਾਈਨ 3rd ਲਾਈਨ ਦੇ ਜਿਹੜੇ ਨੌਜਵਾਨ ਸੀਗੇ ਉਹ ਲੈ ਲਏ, ਆਪ ਹੀ ਬਣਾਤੀ, ਉਹਨਾਂ ਨੂੰ ਕਿਹਾ ਕਿ ਸਾਰੇ ਹਲਕਿਆਂ 'ਚ ਜਾਓ ਰਿਪੋਰਟ ਲੈ ਕੇ ਆਓ। ਤੁਸੀਂ ਹੈਰਾਨ ਹੋਵੋਗੇ ਜਿਸ ਹਲਕੇ 'ਚੋਂ ਗਏ, ਮੇਰੇ ਖਿਆਲ 100 ਹਲਕੇ ਤੋਂ ਉੱਪਰ ਉਹਨਾਂ ਨੇ ਜਾ ਕੇ ਵਿਜ਼ਿਟ ਕੀਤਾ, ਫਿਰ ਉਹਨੂੰ ਬੰਦ ਕਰ ਦਿੱਤਾ। 100 ਹਲਕੇ ਵਿੱਚੋਂ ਇੱਕੋ ਹੀ ਆਵਾਜ਼ ਆਈ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ, ਖਾਸ ਕਰਕੇ ਨਾਂ ਲੈ ਕੇ ਕਹਿੰਦੇ ਸੀਗੇ ਕਿ ਪ੍ਰਧਾਨ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ, ਨਵਾਂ ਪ੍ਰਧਾਨ ਬਣਾਓ, ਨਵੀਂ ਲੀਡਰਸ਼ਿਪ ਨੂੰ ਅੱਗੇ ਲੈ ਕੇ ਆਓ। ਸੈਕਿੰਡਲੀ ਹੋਈਆਂ ਭੁੱਲਾਂ ਜਿਹੜੀਆਂ, ਰਾਮ ਰਹੀਮ ਦੀ ਮਾਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਾਂ ਜਿਹੜਾ ਕੇਸ ਵਾਪਸ ਲਿਆ 2007 ਵਿੱਚ, ਉਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹਦੀ ਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਮਾਫ਼ੀ ਮੰਗ ਕੇ ਆਓ। ਤੀਜੀ ਗੱਲ ਜੇ ਲੋਕਾਂ ਦੀ ਆਵਾਜ਼ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿਆਸੀ ਬਹੁਤ ਦਖਲਅੰਦਾਜ਼ੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਰ ਲੋਕਾਂ 'ਚ ਬਹੁਤ ਜਾ ਰਿਹਾ, ਸਿੱਖ ਕੌਮ ਤੁਹਾਡੇ ਤੋਂ ਦੂਰੀ ਬਣਾ ਬੈਠੀ ਹੈ, ਔਰ ਉਹ ਚਾਹੁੰਦੇ ਨਹੀਂ ਕਿ ਤੁਸੀਂ ਵਿੱਚ ਦਖਲਅੰਦਾਜ਼ੀ ਕਰੋ। ਇਹ ਗੱਲਾਂ ਦਾ ਅਸਰ ਜਿਹੜਾ ਜੇ ਘਟਾਉਣਾ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ, ਇਹ ਲਿਖਿਆ ਹੋਇਆ, ਸਾਰੀ ਰਿਪੋਰਟਾਂ ਆਈਆਂ। ਸੋ ਝੁੰਦਾ ਕਮੇਟੀ ਦੀ ਰਿਪੋਰਟਾਂ, ਮਤਲਬ ਕਹਿਣ ਤੋਂ ਭਾਵ ਹੈ ਕਿ ਇੱਕ ਪ੍ਰੈਜ਼ੀਡੀਅਮ, ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਇੱਕ ਪ੍ਰੈਜ਼ੀਡੀਅਮ ਬਣਾਈ ਜਾਵੇ 5 ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ, ਉਹਦੇ ਅਨੁਸਾਰ ਕੁਝ ਸਮਾਂ ਕੰਮ ਕਰਕੇ ਭਰਤੀ ਕੀਤੀ ਜਾਵੇ, ਫਿਰ ਭਰਤੀ ਕਰਕੇ ਡੈਲੀਗੇਟਸ ਤਿਆਰ ਕੀਤੇ ਜਾਣ, ਫਿਰ ਚੋਣ ਕੀਤੀ ਜਾਵੇ। ਟਰਮ ਜਿਹੜੀ ਹੈ ਪ੍ਰਧਾਨ ਦੀ, ਉਹ 2 ਟਰਮਾਂ 'ਚ ਹੋਣਾ ਚਾਹੀਦਾ, ਤੀਜੀ ਟਰਮ ਵਿੱਚ ਨਹੀਂ ਆਉਣਾ ਚਾਹੀਦਾ। ਤੀਜੀ ਟਰਮ ਇੱਕ ਵਾਰੀ ਛੱਡ ਕੇ ਫਿਰ ਭਾਵੇਂ ਕੋਈ ਦੁਬਾਰਾ ਬਣ ਜਾਵੇ, ਪਰ ਇਹ ਜਿਹੜਾ ਸਿਸਟਮ ਹੈ ਅਪਣਾਇਆ ਜਾਵੇ, ਪਾਰਲੀਮਾਨੀ ਬੋਰਡ ਬਣਾਇਆ ਜਾਵੇ, ਟਿਕਟਾਂ ਦੀ ਬਕਾਇਦਾ ਇੰਟਰਵਿਊ ਲਈ ਜਾਵੇ, ਇੰਟਰਵਿਊ ਲੈ ਕੇ ਯੋਗ ਵਿਅਕਤੀ, ਕੁਰਬਾਨੀਆਂ ਵਾਲੇ ਵਿਅਕਤੀ ਔਰ ਪੰਥਕ ਚਿਹਰੇ, ਪੰਥਕ ਸੋਚ ਵਾਲੇ ਲੋਕ ਜਿਹੜੇ ਆ ਉਹਦੇ ਅੱਗੇ ਲਿਆਂਦੇ ਜਾਣ। ਤੀਜੀ ਗੱਲ ਕਿ ਜਿਹੜਾ ਸਾਡਾ SOI ਹੈ ਬਣਾਇਆ, ਉਹ SOI ਦੀ ਥਾਂ ਦੇ ਉੱਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜਾ ਹੁੰਦਾ ਸੀਗਾ, ਉੱਥੇ ਟ੍ਰੇਨਿੰਗ ਕੈਂਪ ਲੱਗਦੇ ਹੁੰਦੇ ਸੀ, ਉਹਦੇ ਵਿੱਚੋਂ ਬੜੀ ਸਿੱਖ ਲੀਡਰਸ਼ਿਪ ਨਿਕਲੀ, ਉਹਨੂੰ ਤਰਜੀਹ ਦਿੱਤੀ ਜਾਵੇ। ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੀਗੀਆਂ, ਬਹੁਤ ਸੋਹਣੇ ਵਿਚਾਰ ਸੀਗੇ। ਲੇਕਿਨ ਹੁਣ ਇਹ ਹੈ ਕਿ ਜਿਹੜੀ ਹੁਣ ਕੋਰ ਕਮੇਟੀ ਭੰਗ ਕੀਤੀ ਗਈ ਹੈ, ਤੁਹਾਡੇ ਨਾਲ ਜਿਹੜੇ ਸਾਥੀ ਨੇ, ਮੈਂ ਇੱਥੇ ਆਉਣ ਲੱਗੀ, ਉਦੋਂ ਕਿਹਾ ਉਹਨਾਂ ਨੇ ਇਹ ਸੀ ਤੇ ਉਹਨਾਂ ਕਿਹਾ ਇੱਕ ਵਾਰੀ ਸਾਰੀ ਪਾਰਟੀ ਦਾ ਢਾਂਚਾ ਭੰਗ ਕੀਤਾ ਜਾਵੇ। ਸਵੇਰੇ ਕੋਰ ਕਮੇਟੀ ਮੀਟਿੰਗ ਤੋਂ ਬਾਅਦ, ਇਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ, ਸਵੇਰੇ ਇਹਨਾਂ ਨੇ
ਢਾਂਚਾ ਭੰਗ ਕਰ ਦਿੱਤਾ, ਲੇਕਿਨ ਪ੍ਰਧਾਨ ਜੀ ਨੇ ਆਪ ਅਸਤੀਫਾ ਨਹੀਂ ਦਿੱਤਾ। ਤੁਸੀਂ ਇਹ ਦੇਖੋ ਉਦੋਂ ਵੀ ਇੱਦਾਂ ਹੀ ਕੀਤਾ, ਫਿਰ ਆਪੇ ਢਾਂਚਾ ਭੰਗ ਕਰਕੇ ਆਪੇ ਉਹਨਾਂ ਨੇ ਦੁਬਾਰਾ ਨੋਮੀਨੇਟ ਸ਼ੁਰੂ ਕਰ ਦਿੱਤੇ। ਉਹਨਾਂ ਨੇ ਕੋਈ ਅੱਜ ਤੱਕ ਵਰਕਿੰਗ ਕਮੇਟੀ ਦੀ ਮੀਟਿੰਗ ਮੇਰੇ ਖਿਆਲ ਹੁਣ ਇਹਨਾਂ ਨੇ ਸ਼ਾਇਦ, ਦੇਖੋ ਮੈਨੂੰ ਤੇ ਬੁਲਾਇਆ ਨੀ ਕੋਈ ਵਰਕਿੰਗ ਕਮੇਟੀ ਦੇ ਮੈਂਬਰ, ਸਾਰੇ ਜਿੰਨੇ ਅਸੀਂ 40-45-50 ਸੀਨੀਅਰ ਬੰਦੇ ਕਿਸੇ ਨੂੰ ਨੀ ਬੁਲਾਏ। ਵਰਕਿੰਗ ਕਮੇਟੀ ਦੇ ਅਸੀਂ ਮੈਂਬਰ ਹੈ, ਕਿੰਨੇ ਮੈਂਬਰ ਹਾਜ਼ਰ ਹੋਏ ਸੀ, ਕਿਹਨਾਂ ਨੂੰ ਚਿੱਠੀਆਂ ਕੱਢੀਆਂ ਸੀ, ਕਿਹਨਾਂ ਨੂੰ ਬੁਲਾਇਆ ਸੀ, ਉੱਥੇ ਪਤਾ ਤੇ ਲੱਗਣਾ ਚਾਹੀਦਾ ਨਾ। ਵਰਕਿੰਗ ਕਮੇਟੀ ਜਿਹੜੀ ਹੈ ਉਹ ਚੋਣ ਕਰਦੀ ਹੈ। ਹੁਣ ਇਹਨਾਂ ਨੇ ਕੱਲ ਮਤਾ ਪਾਇਆ, ਇਹ ਵਰਕਿੰਗ ਕਮੇਟੀ ਨੇ ਕਿਹੜਾ ਕਦੋਂ ਉਹਨੂੰ ਇਸ਼ੂ ਕੀਤਾ ਸੀ ਮਤਾ? ਸਾਨੂੰ ਵੀ ਆਉਣੀ ਚਾਹੀਦੀ ਸੀ ਨਾ ਚਿੱਠੀ, ਫਿਰ ਵੀ ਇਹ ਮਤਾ ਪਾਉਣਾ ਜੀ। ਫਿਰ ਇਹਨਾਂ ਨੇ ਵਰਕਿੰਗ ਕਮੇਟੀ ਨੇ ਅਧਿਕਾਰ ਦਿੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਕੋਰ ਕਮੇਟੀ ਭੰਗ ਕੀਤੀ ਜਾਵੇ। ਅੱਜ ਕਹਿ ਰਹੇ, ਮੀਟਿੰਗ ਤੇ 26-27 ਨੂੰ ਹੋਈ ਹੋ, ਅੱਜ ਇਹ ਕਹਿ ਰਹੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇੱਕ ਮਹੀਨੇ ਬਾਅਦ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਕ ਬਣਾਈਆਂ ਹੋਈਆਂ ਨੇ, ਤੇ ਇਹਨਾਂ ਨੇ ਭੰਗ ਕੀਤੀ ਕਿਉਂ ਕੀਤੀ, ਇਹੀ ਕਹਿ ਸਕਦੇ ਆ ਕਿ ਮਨਮਾਨੀਆਂ ਕਰਨ ਦੀ ਗੱਲ ਹੈ। ਇਹਨਾਂ ਗੱਲਾਂ ਕਰਕੇ ਤੇ ਪਾਰਟੀ ਇੱਥੇ ਪਹੁੰਚੀ ਨਹੀਂ। ਇਹ ਕੋਰ ਕਮੇਟੀ ਭੰਗ ਕਰਨ ਦੇ ਨਾਲ ਅਜਿਹਾ ਤਾਂ ਨਹੀਂ, ਤੁਹਾਡੇ ਨੰਬਰ ਜਿਹੜੇ ਨੇ ਤੁਹਾਡੇ ਕੋਲ ਜ਼ਿਆਦਾ ਨੇ, ਉਹ ਤੋੜਨ ਦੀ ਕੋਸ਼ਿਸ਼ ਹੈ ਜਿਹੜੇ ਲੀਡਰਾਂ ਨੂੰ, ਜਾਂ ਅਜਿਹਾ ਤਾਂ ਨਹੀਂ ਦੱਸਣ ਦੀ ਕੋਸ਼ਿਸ਼ ਹੈ ਕਿ ਮੇਰੇ ਕੋਲ ਪਾਵਰ ਹੈ, ਜਾਂ ਇਹ ਤੁਹਾਨੂੰ ਬਾਹਰ ਕੱਢਣ ਦਾ ਰਸਤਾ ਤਾਂ ਨਹੀਂ ਹੈ? ਉਹਦੇ ਕੋਲ ਪਾਵਰ ਕਿਹੜੀ ਨਵੀਂ ਆਈ ਹੈ ਜੀ, ਸ਼ੁਰੂ ਤੋਂ ਪਾਵਰ ਹੈ ਉਹ ਤੇ। ਉਹਨਾਂ ਨੇ ਜਦੋਂ ਅਸੀਂ ਇਕੱਲਿਆਂ ਬਹਿ ਬਹਿ ਕੇ ਵੀ ਉਹਨਾਂ ਨਾਲ ਗੱਲਾਂ ਕੀਤੀਆਂ, ਕੋਰ ਕਮੇਟੀ ਚ ਮੀਟਿੰਗਾਂ ਕੀਤੀਆਂ, ਕੋਰ ਕਮੇਟੀ ਚ ਅਸੀਂ ਗੱਲਾਂ ਕੀਤੀਆਂ ਕਿ ਦੱਸੋ ਜੀ ਲੀਡਰਸ਼ਿਪ ਦੀ, ਲੀਡਰਸ਼ਿਪ ਨੂੰ ਅਸੀਂ ਗਰੂਮ ਕਿਉਂ ਨਹੀਂ ਕਰਦੇ, ਕਿਉਂ ਨਹੀਂ ਸਾਡੇ ਕੋਲ ਲੀਡਰ ਪੈਦਾ ਕਰਦੇ? ਅਸੀਂ ਕਾਂਗਰਸ ਕੋਲ 20 ਲੀਡਰ ਹੋਣਗੇ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਕੋਲ ਕਿੰਨੇ ਲੀਡਰ ਹੋਣਗੇ, ਬੀਜੇਪੀ ਕੋਲ ਕਿੰਨੇ, ਕਾਂਗਰਸ ਕੋਲ ਕਿੰਨੇ, ਤੁਹਾਡੇ ਕੋਲ ਕਿੰਨੇ ਲੀਡਰ ਹੈ? ਤੁਸੀਂ ਇੱਕ ਹਲਕੇ ਤੋਂ ਦੂਜੇ ਹਲਕੇ ਚ ਪੈਦਾ ਨਹੀਂ ਹੋਣ ਦਿੰਦੇ, ਇਹ ਕਾਰਨ ਕੀ ਹੈ? ਕਾਰਨ ਕੀ ਹੈ? ਸਿਰਫ 3 ਲੀਡਰ ਤੁਸੀਂ ਮੰਨਦੇ ਹੋ, ਇੱਕ ਸਰਦਾਰ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਹਰਸਿਮਰਤ ਬਾਦਲ, ਚੌਥਾ ਲੀਡਰ ਕੌਣ ਹੈ? ਚੌਥੇ ਤੇ ਕੋਈ ਫੋਟੋ ਨਹੀਂ ਲਾਉਣ ਦਿੰਦਾ। ਸੋ ਇਹ ਗੱਲਾਂ ਲੋਕਾਂ ਦੇ ਵਿੱਚ ਨੁਕਸਾਨ ਕਰ ਰਹੀਆਂ। ਨਹੀਂ, ਇੱਕ ਕੋਰ ਕਮੇਟੀ ਭੰਗ ਕਰਨ ਨਾਲ ਤੁਹਾਨੂੰ ਨੁਕਸਾਨ ਹੈ ਜਾਂ ਤੁਹਾਡੇ ਤੇ ਕੋਈ ਅਸਰ? ਦੇਖੋ ਸਾਡੀ ਸਿਹਤ ਤੇ ਕੀ ਅਸਰ ਹੈ ਜੀ, ਅਸੀਂ ਤੇ ਵੈਸੇ ਹੀ ਮੈਂਬਰ ਹੀ ਰਹੀਏ ਸ਼੍ਰੋਮਣੀ ਅਕਾਲੀ ਦਲ ਦੇ, ਸਾਨੂੰ ਉਹੀ ਬੜੀ ਵੱਡੀ ਗੱਲ ਹੈ। ਦੂਜਾ ਜਿਹੜਾ ਹੁਣ ਸਪਸ਼ਟੀਕਰਨ ਦੇ ਦਿੱਤਾ ਗਿਆ, ਇਸ ਸਪਸ਼ਟੀਕਰਨ ਤੋਂ ਬਾਅਦ ਤੁਸੀਂ ਸੰਤੁਸ਼ਟ ਹੋ? ਤੁਹਾਡਾ ਹੁਣ ਅਗਲਾ ਸਟੈਪ ਕੀ? ਜਿਹੜਾ ਪ੍ਰੋਸੀਜਰ ਹੈ ਉਹ ਤੇ ਇਹੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੇ, ਸਿੰਘ ਸਾਹਿਬਾਨਾਂ ਨੇ ਇਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਬੁਲਾਇਆ ਸੀਗਾ, ਉਹ ਲਿਖ ਕੇ ਦੇ ਆਏ, ਲਿਖਤੀ ਰੂਪ ਚ ਮੰਗਿਆ ਸੀ। ਇਹ ਹੁਣ ਉਹਨਾਂ ਦਾ ਅਧਿਕਾਰ ਖੇਤਰ ਹੈ ਕਿ ਉਹ ਅੱਗੇ ਦੇਖਣਗੇ ਵੀ ਇਹਨਾਂ ਨੇ ਲਿਖਿਆ ਕੀ ਹੈ। ਔਰ ਮੈਂ ਸਮਝਦੀ ਹਾਂ ਕਿ ਹਰ ਸਿੱਖ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਬਿਲਕੁਲ ਸੱਚ ਆਪਣਾ ਪੇਸ਼ ਕਰੇ, ਔਰ ਹਰ ਸਿੱਖ ਜਿਹੜਾ ਉਹ ਕੌਮ ਨੂੰ ਓਹਲੇ ਚ ਨਾ ਰੱਖੇ, ਸਾਰੀ ਗੱਲ ਸਾਹਮਣੇ ਆਉਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦਾ ਜਿਹੜਾ ਵਿਸ਼ਵਾਸ ਟੁੱਟਾ ਸਾਡੇ ਤੋਂ, ਸਰਦਾਰ ਸੁਖਬੀਰ ਸਿੰਘ ਬਾਦਲ ਤੋਂ, ਸਾਡੇ ਤੋਂ ਕਹਿ ਲਓ, ਸਾਡੀ ਲੀਡਰਸ਼ਿਪ ਤੋਂ ਕਹਿ ਲਓ, ਉਹ ਭਰੋਸਾ ਜਿਹੜਾ ਮੁੜ ਕੇ ਬਣ ਸਕੇ ਕਿ ਸੱਚ ਬਚੀਰਨ ਸੱਚ ਬੋਲਿਆ। ਇਹ ਵੀ ਹੈ ਕਿ ਜੇ ਥੋੜਾ ਜਿਹਾ ਪਿੱਛੇ ਜਾਈਏ, ਕਿਸ ਤਰੀਕੇ ਦੀ ਮਰਿਆਦਾ ਹੁੰਦੀ ਔਰ ਕਿਸ ਤਰੀਕੇ ਦੀ ਸਜ਼ਾ ਅਕਾਲੀ ਦਲ ਦੇ ਪ੍ਰਧਾਨ ਨੂੰ ਸੁਣਾਈ ਜਾ ਸਕਦੀ ਜੇ ਦੋਸ਼ੀ ਹੁੰਦੇ ਨੇ? ਕਿਉਂਕਿ ਇਤਿਹਾਸ ਚ ਅਸੀਂ ਸੁਣਦੇ ਆਏ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਉਸ ਵੇਲੇ ਕੋੜਿਆਂ ਦੀ ਸਜ਼ਾ ਸੁਣਾਈ ਗਈ, ਉਸ ਵੇਲੇ ਫੂਲਾ ਸਿੰਘ ਹੋਰੀ ਜਥੇਦਾਰ ਸੀਗੇ, ਔਰ ਉਹਨਾਂ ਦੀ ਇਗਜ਼ਾਮਪਲ ਹਰ ਵੇਲੇ ਦਿੱਤੀ ਜਾਂਦੀ ਹੈ। ਲੇਕਿਨ ਉਸ ਤੋਂ ਬਾਅਦ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ 47 ਤੋਂ ਬਾਅਦ ਦੀ ਹੈ, ਹੁਣ ਤੱਕ ਕਿੱਡੀ ਸਖ਼ਤ ਸਜ਼ਾ ਕਿਹਨੂੰ ਕਿਹਨੂੰ ਦਿੱਤੀ ਗਈ? ਬੂਟਾ ਸਿੰਘ ਹੋਰਾਂ ਨੂੰ ਵੀ ਇੱਕ ਟਾਈਮ ਦਿੱਤੀ, ਬਰਨਾਲਾ ਹੋਰਾਂ ਨੂੰ ਵੀ ਦਿੱਤੀ, ਉਦੋਂ ਕੀ ਕੀ ਸਜ਼ਾ ਦਿੱਤੀ ਔਰ ਕੀ ਕੀ ਹੋ ਸਕਦਾ? ਦੇਖੋ ਗੱਲ ਇਹ ਹੈ, ਇਹ ਕਿੱਡਾ ਗੁਨਾਹ ਹੈ, ਕਿੱਡਾ ਦੋਸ਼ ਹੈ, ਇਹ ਸਿੰਘ ਸਾਹਿਬਾਨਾਂ ਨੇ ਇਹਦੀ ਸਾਰੀ ਪੜਤਾਲ ਕਰਨੀ ਹੈ, ਔਰ ਉਹਦੇ ਸਬੂਤ ਉਹਨਾਂ ਦੇ ਕੋਲ ਹੈ। ਜੇ ਸਬੂਤਾਂ ਨੂੰ ਇਗਨੋਰ ਕਰਦੇ ਹੈ,
ਫਿਰ ਵੀ ਉਹ ਸਮਝ ਲਾਂਗੇ, ਉਹ ਸਮਝਿਆ ਜਾਏਗਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦਾ ਨੁਕਸਾਨ ਹੋਏਗਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਰਬਉੱਚ ਇਸ ਕਰਕੇ ਹੈ ਕਿ ਉਹਦੀ ਮਰਿਆਦਾ ਬੜੀ ਮਹਾਨ ਹੈ, ਉਹਦਾ ਗੁਰਮਤਿ ਦੇ ਸਿਧਾਂਤ ਬੜੇ ਮਹਾਨ ਹੈ, ਉਹਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਜੇ ਉਹਨਾਂ ਨੂੰ ਸਾਬਤ ਹੋ ਜਾਂਦਾ ਹੈ ਤੇ ਉਹ ਜੋ ਚਾਹਣ ਧਾਰਮਿਕ ਮਰਿਆਦਾ ਦੇ ਅਨੁਸਾਰ ਜਿਹੜੀ ਵੀ ਸਜ਼ਾ ਲਾ ਸਕਦੇ ਹੈ। ਜਿਸ ਤਰ੍ਹਾਂ ਸੁਰਜੀਤ ਸਿੰਘ ਬਰਨਾਲਾ ਸਾਹਿਬ ਸੀ, ਉਹਨੂੰ ਥਮਲੇ ਨਾਲ ਬੰਨ ਦਿੱਤਾ ਸੀਗਾ, ਉਹਨਾਂ ਦੀ ਗੱਲ ਚ ਪੱਟੀ ਵੀ ਪਾ ਦਿੱਤੀ, ਹਮ ਪਾਪੀ ਤੋਂ ਬਖਸ਼ਣਹਾਰ, ਤੇ ਸਵਾ ਮਹੀਨਾ 40 ਦਿਨ ਲਗਾਤਾਰ ਉਹਨਾਂ ਨੂੰ ਸੇਵਾ ਲਾਈ ਸੀ ਵੀ 10 ਦਿਨ ਇੱਥੇ 5 ਤਖ਼ਤਾਂ ਦੇ ਉੱਤੇ ਜਾ ਕੇ 10-10 ਦਿਨ ਸੇਵਾ ਕਰਨੀ। ਔਰ ਈਵਨ ਮੈਨੂੰ ਉਹਦੇ ਹਰਪ੍ਰੀਤ ਬਰਨਾਲਾ ਜੀ ਦੱਸਦੇ ਸੀ, ਉਹਨਾਂ ਦੀ ਨੂੰ ਰਾਣੀ, ਕਿ ਬਰਨਾਲਾ ਸਾਹਿਬ ਜਦੋਂ ਚੀਫ ਮਿਨਿਸਟਰ ਦੀ ਕੁਰਸੀ ਤੇ ਵੀ ਬੈਠਦੇ ਸੀ ਨਾ ਜੀ, ਉਹ ਜਿਹੜੀ ਪੱਟੀ ਪਾਈ ਸੀ ਨਾ ਗੱਲ ਚ, ਉਹ ਉਹਦੇ ਗੱਲ ਚ ਹੀ ਰਹਿੰਦੀ ਹੁੰਦੀ ਸੀ, ਲਾਉਂਦੇ ਨਹੀਂ ਸੀਗੇ, ਕਿਉਂਕਿ ਇੰਨੀ ਸਿੰਸੈਰਿਟੀ ਦੇ ਨਾਲ, ਇੰਨੀ ਉਹਨਾਂ ਨੇ ਡੈਡੀਕੇਸ਼ਨ ਦੇ ਨਾਲ ਉਹ ਸੇਵਾ ਜਿਹੜੀ ਨਿਭਾਈ। ਇਸੇ ਤਰ੍ਹਾਂ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਸੀਗੇ, ਉਹ ਵੀ ਆਏ ਇੱਥੇ, ਉਹਨਾਂ ਨੇ ਵੀ ਆਪਣਾ ਸਾਰਾ ਦੱਸਿਆ। ਸੋ ਮਹਾਰਾਜ ਰਣਜੀਤ ਸਿੰਘ ਦੀ ਗੱਲ ਆਉਂਦੀ, ਉਹ ਸਾਰੀ ਦੁਨੀਆਂ ਦੇ ਵਿੱਚ ਮਸ਼ਹੂਰ ਹੈ ਕਿ ਉਹਨਾਂ ਨੇ ਜਦੋਂ ਕਿਹਾ ਤਾਂ ਸਿੱਖਾਂ ਦੇ ਵਿੱਚ ਆਵਾਜ਼ ਜਦੋਂ ਆਈ, ਅਕਾਲੀ ਫੂਲਾ ਸਿੰਘ ਨੇ ਕਿਹਾ ਵੀ ਇਹਨੂੰ ਥਮਲੇ ਨਾਲ ਬੰਨਿਆ ਜਾਵੇ ਤੇ ਕੂੜੇ ਮਾਰੇ ਜਾਣ, ਤੇ ਜਦੋਂ ਕਹਿੰਦੇ ਉਹਦੇ ਕੱਪੜੇ ਲਾਉਣ ਲੱਗੇ, ਉਹਦੇ ਕੱਪੜੇ ਲਾਏ ਉਹਨੇ, ਤੇ ਉਹ ਫਿਰ ਸਿੱਖ ਸੰਗਤ ਨੇ ਕਿਹਾ ਕਿ ਬਸ ਮਹਾਰਾਜ ਦਾ ਇੰਨੀ ਬੜੀ ਵੱਡੀ ਗੱਲ ਹੈ ਕਿ ਉਹਨਾਂ ਨੇ ਪ੍ਰਵਾਨ ਕਰ ਲਈ ਸਜ਼ਾ, ਉਹਨਾਂ ਕਿਹਾ ਮੈਨੂੰ ਪ੍ਰਵਾਨ ਹੈ। ਸੋ ਮੇਰਾ ਕਹਿ ਸੰਗਤ ਦਿਆਲੂ ਵੀ ਬਹੁਤ, ਗੁਰੂ ਘਰ ਦੇ ਵਿੱਚ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਜਿਹੜੀ ਪਰਮਾਤਮਾ ਵੱਲੋਂ ਜਦੋਂ ਦਇਆ ਹੋਣੀ ਹੋਵੇ ਨਾ ਜੀ, ਜੇ ਤੁਸੀਂ ਸੱਚ ਦੇ ਨਾਲ ਸੱਚਮੁੱਚੀ ਗੁਰੂ ਨੂੰ ਸਨਮੁੱਖ ਹੋ ਕੇ ਆਪਣੀ ਆਵਾਜ਼ ਜਿਹੜੀ ਹੈ ਉਹ ਸੱਚ ਉਹਦੇ ਸਾਹਮਣੇ ਰੱਖੋਗੇ ਤੇ ਗੁਰੂ ਪਾਤਸ਼ਾਹ ਆਪੇ ਮਿਹਰ ਕਰਦਾ। ਕਿਸ ਤਰੀਕੇ ਦੀ ਸਜ਼ਾ ਹੋ ਸਕਦੀ, ਔਰ ਇਹ ਸਜ਼ਾ ਤੋਂ ਬਾਅਦ ਜਿਹੜੇ ਤੁਹਾਡੇ ਵਖਰੇਵੇਂ ਨੇ, ਨਾਰਾਜ਼ਗੀਆਂ ਨੇ, ਉਹ ਦੂਰ ਹੋ ਜਾਣਗੀਆਂ, ਖਤਮ ਹੋ ਜਾਣਗੀਆਂ? ਉਹ ਅਲੱਗ ਗੱਲ ਹੈ, ਉਹ ਹੈਗਾ ਕਿ ਸਾਡੇ ਕੋਲ ਹੋਈਆਂ ਕੁਤਾਹੀਆਂ, ਸਾਡੀਆਂ ਰਹੀਆਂ ਕਮਜ਼ੋਰੀਆਂ, ਸਾਡੇ ਕੋਲ ਕੀਤੀਆਂ ਹੋਈਆਂ ਗਲਤੀਆਂ, ਸਾਡੇ ਕੀਤੇ ਹੋਏ ਗੁਨਾਹ, ਉਹਨਾਂ ਕਰਕੇ ਅੱਜ ਕੌਮ ਚ ਦੁਬਿਧਾ ਪਈ ਹੈ। ਉਹ ਦੁਬਿਧਾ ਨੂੰ ਖਤਮ ਕਰਨ ਵਾਸਤੇ ਹੈ। ਪਾਰਟੀ ਰਾਜਨੀਤੀ ਉਹ ਵੱਖਰੀ ਗੱਲ ਹੈ, ਇਹ ਇਹਦੇ ਨਾਲ ਉਹਦੇ ਨਾਲ ਨਹੀਂ ਅਸੀਂ ਜੋੜ ਸਕਦੇ ਉਹਨੂੰ। ਤੁਸੀਂ ਕਹਿ ਰਹੇ ਹੋ ਕਿ ਸਜ਼ਾ ਜੋ ਵੀ ਦਿੱਤੀ ਜਾਂਦੀ ਹੈ, ਲੇਕਿਨ ਤੁਹਾਡੀ ਨਾਰਾਜ਼ਗੀ ਜਾਂ ਜਿਹੜੀ ਤੁਹਾਡੀ ਮੰਗ ਪ੍ਰਧਾਨਗੀ ਦੀ ਹੈ, ਉਹ ਪ੍ਰਧਾਨਗੀ ਦੀ ਹਟਾਉਣ ਦੀ ਮੰਗ ਜਿਹੜੀ ਹੋ ਰਹੀ ਹੈ, ਇਕੱਲੀ ਪ੍ਰਧਾਨਗੀ ਦੀ ਨਹੀਂ, ਉਹਦੇ ਸਿਸਟਮ ਠੀਕ ਕਰਨ ਦੀ ਸੀ। ਸਿਧਾਂਤਕ ਤੌਰ ਤੇ ਨੁਕਸਾਨ ਹੋ ਰਿਹਾ ਸੀਗਾ, ਗੁਰਮਤ ਦਾ ਘਾਣ ਹੋ ਰਿਹਾ ਸੀਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ, ਕੌਮ ਸਾਡੇ ਤੋਂ ਦੂਰ ਹੋ ਗਈ, ਸਾਡੇ ਤੋਂ ਭਰੋਸਾ ਹੀ ਟੁੱਟ ਗਿਆ। ਜਦੋਂ ਸਿੱਖਾਂ ਦਾ ਭਰੋਸਾ, ਕੌਮ ਦਾ ਭਰੋਸਾ, ਪੰਜਾਬ ਦੇ ਲੋਕਾਂ ਦਾ ਭਰੋਸਾ ਹੀ ਸਾਡੇ ਤੋਂ ਟੁੱਟ ਗਿਆ ਵਿਸ਼ਵਾਸ, ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਪ੍ਰਧਾਨ ਕਾਮਯਾਬ ਹੈ? ਲੇਕਿਨ ਪੰਥਕ ਪਾਰਟੀ ਅਕਾਲੀ ਦਲ ਸਿੱਖਾਂ ਦੀ ਪਾਰਟੀ, ਔਰ ਸਿੱਖ ਹੀ ਵੋਟ ਨਹੀਂ ਪਾ ਰਹੇ, ਨਾਰਾਜ਼ ਬੈਠ ਕੇ, ਦੂਰ ਬੈਠ ਕੇ। ਹੁਣ ਜਥੇਦਾਰ ਸਾਹਿਬ ਇਹ ਵੀ ਕਹਿ ਸਕਦੇ ਨੇ ਕਿ ਪੰਥਕ ਪਾਰਟੀ ਹੋਣ ਦੇ ਨਾਤੇ ਆਪਣੇ ਗਿਲੇ ਸ਼ਿਕਵੇ, ਆਪਣੀਆਂ ਨਾਰਾਜ਼ਗੀਆਂ ਦੂਰ ਕਰਕੇ ਕੌਮ ਦੇ ਲਈ ਸਾਰੇ ਇਕੱਠੇ ਹੋ ਜਾਓ, ਜੇ ਉਸ ਤਰੀਕੇ ਦਾ ਹੁਕਮ ਸੁਣਾਉਂਦੇ ਨੇ ਤੇ ਫਿਰ ਤੁਸੀਂ ਸਾਰੇ 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 ਇਕੱਠੇ ਹੋ ਜਾਓ। ਮੈਂ ਸਿੰਘ ਸਾਹਿਬਾਨਾਂ ਦੀ ਜੇ ਜਾਂ ਕੋਈ ਮੈਂ ਪ੍ਰੈਸ਼ਰ ਜਾਂ ਮੈਂ ਉਹਨੂੰ ਸੁਝਾਅ ਨਹੀਂ ਦੇ ਸਕਦੀ। ਸਿੰਘ ਸਾਹਿਬਾਨ ਕੀ ਕਹਿੰਦੇ ਹੈ ਉਹ ਫੈਸਲਾ ਉਹਨਾਂ ਦਾ, ਨਹੀਂ ਉਹਨਾਂ ਦੇ ਇਸ ਫੈਸਲੇ ਮੈਂ ਕਿਉਂ ਕਵਾਂ ਜੀ ਉਹ ਕੀ ਕਹਿਣਗੇ, ਮੈਂ ਉਸ ਗੱਲ ਨੂੰ ਨਹੀਂ ਲੈਣਾ, ਕਿਉਂਕਿ ਮੇਰਾ ਫਰਜ਼ ਨਹੀਂ ਬਣਦਾ। ਮੈਂ ਬਹੁਤ ਵੱਡੀ ਪੋਸਟ ਤੇ ਰਹੀ ਹਾਂ, ਮੈਂ ਪ੍ਰਧਾਨ ਰਹੀ ਹਾਂ, ਔਰ ਪ੍ਰਧਾਨ ਹੁੰਦਿਆਂ ਵੀ ਤੁਸੀਂ ਕਦੀ ਵੀ ਸਿੰਘ ਸਾਹਿਬਾਨ ਨੂੰ ਪੁੱਛ ਸਕਦੇ ਹੋ। ਮੈਂ ਕੋਈ ਐਸਾ ਕੰਮ ਨਹੀਂ ਉਹਨਾਂ ਕੋਲ ਕਰਾਇਆ ਜਾਂ ਮੈਂ ਕਦੀ ਪ੍ਰੈਸ਼ਰ ਨਹੀਂ ਪਾਇਆ ਕਿ ਜਿਹੜਾ ਉਹਨਾਂ ਦੇ ਰੁਤਬੇ ਨੂੰ ਕੋਈ ਘਾਟ ਆਵੇ। ਹੁਣ ਕਿਸ ਤਰੀਕੇ ਦੀ ਸਜ਼ਾ ਹੋ ਸਕਦੀ ਹੈ, ਕੀ ਕੀ ਹੋ ਸਕਦਾ, ਔਰ ਕੀ ਸਜ਼ਾ ਸੁਖਬੀਰ ਬਾਦਲ ਨੂੰ ਹੀ ਹੋ ਸਕਦੀ ਹੈ ਜਾਂ ਫਿਰ ਮਾਫੀਨਾਮੇ ਦੇ ਵਿੱਚ ਤਾਂ
ਕਿਉਂਕਿ ਇਹ ਵੀ ਕਹਿੰਦੇ ਨਾ ਉਸ ਉਧਰਲੇ ਪਾਸੋਂ ਕਹਿੰਦੇ ਆ ਕਿ ਕੈਬਨਿਟ ਦਾ ਹਿੱਸਾ, ਇਹ ਵੀ ਲੀਡਰ ਸੀਗੇ, ਇਹ ਵੀ ਬਰਾਬਰ ਦੇ ਹਿੱਸੇਦਾਰ ਨੇ। ਉਹਨਾਂ ਦੇ ਕਹਿਣ ਦੀ ਗੱਲ ਨੀ ਜੀ, ਉੱਥੇ ਅਸੀਂ ਕਹਿ ਕੇ ਆਏ ਹਾਂ, ਸਾਨੂੰ ਕੀ ਲੋੜ ਸੀ ਉੱਥੇ ਜਾਣ ਦੀ। ਅਸੀਂ ਇਸੇ ਲਈ ਗਏ ਹਾਂ ਕਿ ਸਾਡਾ ਮਨ ਬੜਾ ਉਦਾਸ ਸੀ, ਸਾਡੇ ਮਨ ਤੇ ਬੋਝ ਸੀ ਕਿ ਸਾਡੀ ਕੌਮ ਜਿਹੜੀ ਹੈ ਸਾਡੇ ਤੇ ਭਰੋਸਾ ਟੁੱਟ ਗਿਆ, ਉਹਨਾਂ ਦਾ ਸਾਡੇ ਦੂਰ ਹੋ ਗਏ, ਅਸੀਂ ਦੂਰੀ ਨਹੀਂ ਸਾਰ ਸਕੇ। ਅਸੀਂ ਆਪ ਹੀ ਰੋਕਿਆ ਕਿ ਤੁਸੀਂ ਨਹੀਂ ਜਾਣਾ, ਅਸੀਂ ਚੱਲੇ ਔਰ ਅਸੀਂ ਗਏ ਹਾਂ। ਅਸੀਂ ਲਿਖ ਕੇ ਦਿੱਤਾ ਉੱਥੇ ਕਿ ਜੇ ਆਹ ਗਲਤੀਆਂ ਹੋਈਆਂ ਉਸ ਵੇਲੇ, ਅਸੀਂ ਭਾਵੇਂ ਅੰਦਰ ਕਹਿੰਦੇ ਰਹੇ ਹਾਂ, ਇਕੱਲਿਆਂ ਨੂੰ ਵੀ ਕਹਿੰਦੇ ਰਹੇ ਹਾਂ, ਕੋਰ ਕਮੇਟੀਆਂ 'ਚ ਵੀ ਕਹਿੰਦੇ ਰਹੇ ਹਾਂ, ਮੀਟਿੰਗਾਂ 'ਚ ਵੀ ਕਹਿੰਦੇ ਰਹੇ ਹਾਂ, ਅਸੀਂ ਪਰ ਕਾਮਯਾਬ ਨਹੀਂ ਹੋ ਸਕੇ। ਸਾਨੂੰ ਸਾਡੇ ਮਨ 'ਤੇ ਬੋਝ ਹੈ ਕਿ ਜਿਹੜੀਆਂ ਗਲਤੀਆਂ ਦੇ ਵਿੱਚ ਅਸੀਂ ਵੀ ਸਿੱਧੇ ਜਾਂ ਅਸਿੱਧੇ ਕਿੱਦਾਂ ਵੀ ਸਾਡੀ ਸ਼ਮੂਲੀਅਤ ਹੈ, ਜੋ ਸਾਨੂੰ ਸਜ਼ਾ ਮਿਲਦੀ ਹੈ ਅਸੀਂ ਸੰਗਤ ਵੱਲੋਂ ਚੱਲਣ ਤਿਆਰ ਹੈ। ਕਿਸ ਤਰੀਕੇ ਦੀ ਸਜ਼ਾ ਹੋ ਸਕਦੀ ਹੈ ਔਰ ਕੀ ਕਹਿ ਸਕਦੀ ਜੀ? ਦੇਖੋ ਇਹ ਤੇ ਉਹਨਾਂ ਦੀ ਹੈ ਨਾ ਜੀ, ਇਹ ਅਧਿਕਾਰ ਖੇਤਰ ਉਹਨਾਂ ਦਾ ਹੀ ਹੈ, ਕੀ ਸਜ਼ਾ ਦਿੰਦੇ ਹੈ, ਕੀ ਸੇਵਾ ਲਾਉਂਦੇ ਹੈ, ਕਿੰਨੇ ਦਿਨਾਂ ਦੀ ਲਾਉਂਦੇ ਹੈ, ਇਹ ਉਹਨਾਂ ਦਾ ਅਧਿਕਾਰ ਖੇਤਰ, ਮੇਰਾ ਨਹੀਂ। ਇੱਕ ਕਿਉਂਕਿ ਗੁਰੂ ਸਾਹਿਬ ਨੇ ਮਹਿਲਾਵਾਂ ਨੂੰ ਹਮੇਸ਼ਾ ਅੱਗੇ ਰੱਖਿਆ, ਬਰਾਬਰ ਦਾ ਦਰਜਾ ਦਿੱਤਾ। SGPC ਦੇ ਇਕਲੌਤੇ ਮਹਿਲਾ ਪ੍ਰਧਾਨ ਤੁਸੀਂ ਰਹੇ ਇਸ ਤੋਂ ਪਹਿਲਾਂ, ਅੱਗੇ ਪਿੱਛੇ ਜੇ ਮੈਂ ਗਲਤ ਨਹੀਂ ਤਾਂ ਕੋਈ ਹੋਰ ਨਹੀਂ ਸੀ। ਕੀ ਅਕਾਲੀ ਦਲ ਦਾ ਐਕਟ ਕਹਿੰਦਾ ਕਿ ਪ੍ਰਧਾਨ ਜਿਹੜਾ ਉਹ ਪੁਰਸ਼ ਹੀ ਹੋਣਾ ਚਾਹੀਦਾ, ਮਹਿਲਾ ਨਹੀਂ ਹੋ ਸਕਦੀ, ਜਾਂ ਫਿਰ ਮਹਿਲਾ ਵੀ ਪ੍ਰਧਾਨ ਬਣ ਸਕਦੀ ਅਕਾਲੀ ਦਲ ਦੀ? ਇਸ ਤਰ੍ਹਾਂ ਦਾ ਕੋਈ ਸੰਵਿਧਾਨ ਨਹੀਂ ਹੁੰਦਾ। ਸੰਵਿਧਾਨ ਜਿਹੜਾ ਸਭਨਾਂ ਨੂੰ ਅਲਾਓ ਕਰਦਾ, ਭਾਵੇਂ ਕੋਈ ਮਹਿਲਾ ਹੋਵੇ ਭਾਵੇਂ ਕੋਈ ਪੁਰਸ਼ ਹੋਵੇ, ਹਰ ਇੱਕ ਨੂੰ ਮੌਕਾ ਦਿੰਦਾ ਸੰਵਿਧਾਨ। ਜਿਸ ਤਰ੍ਹਾਂ ਚੋਣ ਵੀ ਕੋਈ ਲੜ ਸਕਦਾ, ਜਿੱਦਾਂ ਔਰਤਾਂ ਸੀਗੀਆਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੋਈ ਔਰਤ ਨਹੀਂ ਸੀ ਸਭ ਤੋਂ ਪਹਿਲਾਂ ਜਦੋਂ 300 ਸਾਲਾਂ ਮਨਾਇਆ ਗਿਆ ਖਾਲਸੇ ਸਿਰਜਣਾ ਦਿਵਸ, ਉਸ ਵੇਲੇ ਟੌੜਾ ਸਾਹਿਬ ਤੋਂ ਬਾਅਦ ਮੈਨੂੰ ਮੌਕਾ ਮਿਲਿਆ, ਸੇਵਾ ਕੀਤੀ ਹੈ ਔਰ ਬੜੀ ਕਾਮਯਾਬੀ ਨਾਲ ਸੇਵਾ ਕੀਤੀ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੋਈ ਮਨਾਈ ਨਹੀਂ ਕਿਸੇ ਨੂੰ, ਹੁਣ ਅਸੀਂ ਵੀ ਜਿਹੜੀ ਪ੍ਰੈਜ਼ੀਡੀਅਮ ਬਣਾ ਰਹੇ ਹਾਂ ਉਹ 'ਚ 3 ਲੇਡੀਜ਼ ਵਿੱਚ ਪਾ ਰਹੇ ਹਾਂ ਬਰਾਬਰ, ਜੇ 13 ਪਰ ਅੱਜ ਤੱਕ ਕਦੀ ਮਹਿਲਾ ਪ੍ਰਧਾਨ ਕਿਉਂ ਨਹੀਂ ਬਣੀ? ਇਹ ਤੇ ਇਹਨਾਂ ਦੀ ਮਰਜ਼ੀ ਹੈ ਨਾ ਜੀ। ਕਿਹਨਾਂ ਦੀ? ਪਾਰਟੀ ਦੀ, ਜੇ ਪਾਰਟੀ ਚਾਹੇ ਜਿਹਨੂੰ ਮਰਜ਼ੀ ਮੌਕਾ ਦੇ ਸਕਦੀ। ਨਹੀਂ, ਜਿਵੇਂ ਮਮਤਾ ਬੈਨਰਜੀ ਆਪਣੀ ਪਾਰਟੀ ਦੇ ਪ੍ਰਧਾਨ ਨੇ, ਸੋਨੀਆ ਗਾਂਧੀ ਆਪਣੀ ਪਾਰਟੀ ਦੇ ਪ੍ਰਧਾਨ ਰਹੇ ਨੇ, ਔਰ ਅਕਾਲੀ ਦਲ ਜਿਸ ਦੇ ਲਈ ਜਾਣਿਆ ਜਾਂਦਾ, ਤੁਹਾਨੂੰ ਲੱਗਦਾ ਨਹੀਂ ਕਿ ਮਹਿਲਾ ਪ੍ਰਧਾਨ ਕਿਤੇ ਨਾ ਕਿਤੇ ਕਦੀ ਹੋਣਾ ਚਾਹੀਦਾ ਜਾਂ ਹੋ ਸਕਦੇ ਸੀ ਜਾਂ ਅੱਗੋਂ ਹੋ ਸਕਦੇ ਜਾਂ ਤੁਸੀਂ ਬਣ ਸਕਦੇ ਹੋ? ਜਿਵੇਂ ਮੈਂ ਇਹ ਕਹਿੰਦੀ ਹਾਂ ਕਿ ਸੰਵਿਧਾਨ ਸਭ ਨੂੰ ਅਲਾਓ ਕਰਦਾ, ਪਾਰਟੀ ਜਿਹਨੂੰ ਯੋਗ ਸਮਝੇ ਭਾਵੇਂ ਉਹ ਪੁਰਸ਼ ਹੋਵੇ ਭਾਵੇਂ ਉਹ ਔਰਤ ਹੋਵੇ, ਕਿਸੇ ਨੂੰ ਵੀ ਅੱਗੇ ਲਾ ਸਕਦੀ। ਕਿਉਂਕਿ ਤੁਸੀਂ SGPC ਦੇ ਪ੍ਰਧਾਨ ਰਹੇ ਹੋ, ਤੁਹਾਡਾ ਤਜਰਬਾ ਹੈ ਬਹੁਤ ਲੰਬਾ ਚੌੜਾ, ਤੁਹਾਡਾ ਕਦੀ ਜੀ ਕੀਤਾ ਕਿ ਮਹਿਲਾ ਪ੍ਰਧਾਨ ਤੁਸੀਂ ਭਾਵੇਂ ਨਾ ਬਣੋ, ਕਿ ਇੱਕ ਮਹਿਲਾ ਪ੍ਰਧਾਨ ਹੋਣੀ ਚਾਹੀਦੀ, ਤੁਸੀਂ ਬਣੋ ਨਾ ਬਣੋ, ਮਹਿਲਾਵਾਂ ਅੱਗੇ ਆਉਣ? ਕਿਉਂਕਿ ਮਹਿਲਾ ਪ੍ਰਧਾਨ ਅਕਾਲੀ ਦਲ ਦੀ ਹੋਣਾ ਵੱਖਰੀ ਗੱਲ ਹੈ, ਲੇਕਿਨ ਪਾਰਟੀ ਦੀ ਮਹਿਲਾ ਪ੍ਰਧਾਨ ਹੋਣਾ। ਮੈਂ ਤਾਂ ਕਹਿੰਦੀ ਹਾਂ ਕਿ ਮਹਿਲਾ ਜਿਹੜੀ ਹੈ ਭਾਵੇਂ ਪੁਰਸ਼ ਹੈ, ਜਿਹੜਾ ਯੋਗ ਹੋਵੇ ਉਹਨੂੰ ਅਗਵਾਈ ਕਰਨ ਦਾ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ। ਤੁਹਾਡਾ ਜੀ ਹੈ? ਨਹੀਂ, ਮੇਰਾ ਜੀ ਤਾਂ ਮੈਂ ਤਾਂ ਪਹਿਲਾਂ ਹੀ ਸੀ, ਪ੍ਰਧਾਨ ਹਾਂ ਜਾਂ ਨਹੀਂ ਹੈ, ਮੇਰਾ ਖਿਆਲ ਮੈਂ ਪ੍ਰਧਾਨ ਤੋਂ ਵੀ ਕਈ ਵਾਰ ਜ਼ਿਆਦਾ ਕੰਮ ਕਰਦੀ। ਮੈਂ ਕਦੀ ਸੋਚਿਆ ਹੀ ਨਹੀਂ ਕਿ ਮੈਂ ਪਾਰਟੀ ਵਿੱਚ ਮੈਂ ਦੂਜੇ ਥਾਂ ਤੇ ਇੱਕ ਤੀਜੇ ਥਾਂ ਦੇ ਉੱਤੇ ਹੋਣਾ। ਕਨਵੀਨਰ ਬਣੇ ਨੇ ਸਰਦਾਰ ਬਡਾਲਾ ਸਾਹਿਬ, ਇਹਨੂੰ ਪੁੱਛ ਲਓ ਸਾਰਿਆਂ ਨੂੰ, ਸਭ ਤੋਂ ਵੱਧ ਮੈਂ ਇਹਨਾਂ ਨੂੰ ਨਾਲ ਲੈ ਕੇ ਚੱਲ ਰਹੀ ਹਾਂ, ਸਭ ਤੋਂ ਵੱਧ ਮੈਂ ਕੰਮ ਕਰ ਰਹੀ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਇਹਨਾਂ ਨੂੰ ਮੈਂ ਜਿੰਨਾ ਵੀ ਜ਼ਿਆਦਾ ਤੇਜ਼ ਲੈ ਕੇ ਤੁਰਾਂ ਤੇ ਮੈਨੂੰ ਖੁਸ਼ੀ ਹੋਏਗੀ ਇਸ ਗੱਲ ਦੀ। ਤੁਸੀਂ ਵਡਾਲਾ ਸਾਹਿਬ ਦਾ ਜ਼ਿਕਰ ਕੀਤਾ, ਜਿਹੜੀ ਲਹਿਰ ਤੁਸੀਂ ਸ਼ੁਰੂ ਕੀਤੀ, ਕਨਵੀਨਰ ਉਹਨਾਂ ਦਾ ਬਣਾਇਆ, ਮੈਂ ਵਡਾਲਾ ਸਾਹਿਬ ਨਾਲ ਗੱਲਬਾਤ ਕਰ ਰਿਹਾ ਸੀ, ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਪ੍ਰਧਾਨ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਪ੍ਰਧਾਨ ਦੇ ਦਾਅਵੇਦਾਰ ਹੋ? ਉਹਨਾਂ ਨੇ ਡਾਇਰੈਕਟ ਤਾਂ ਨਹੀਂ ਕਿਹਾ ਮੈਂ ਪ੍ਰਧਾਨ ਬਣਨਾ ਚਾਹੁੰਦਾ, ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜੇ ਪੰਥ ਜ਼ਿੰਮੇਵਾਰੀ ਲਗਾਏਗੀ, ਜੇ ਮੈਨੂੰ ਇਸ ਕਾਬਲ ਸਮਝੇਗੀ, ਤਾਂ ਫਿਰ ਮੈਂ ਕੋਈ ਵੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਾਂ। ਕਿ ਤੁਹਾਡੇ ਵੱਲੋਂ ਜਿਹੜੇ ਸਾਰੇ
ਲੀਡਰ ਨੇ ਉਹ ਵਡਾਲਾ ਸਾਹਿਬ ਨੂੰ ਅੱਗੇ ਕਰ ਰਹੇ ਨੇ ਪ੍ਰਧਾਨ ਵਾਸਤੇ? ਦੇਖੋ ਜਿਹੜੀ ਲਹਿਰ ਚਲਾਈ ਹੈ ਉਹਦੇ ਕਨਵੀਨਰ ਨੂੰ ਲਾਏ ਹੈ, ਫਿਲਹਾਲ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਹੈ, ਉਹਦੇ ਕਨਵੀਨਰ ਨੂੰ ਲਾਏ, ਅਸੀਂ ਸਾਰੇ ਰਾਜ਼ੀ ਹੈ, ਖੁਸ਼ ਹੋ ਕੇ ਲਾਏ ਜੀ। ਪ੍ਰਧਾਨ ਬਣ ਸਕਦੇ ਅਕਾਲੀ ਦਲ ਦੇ? ਦੇਖੋ ਉਹਦੇ ਅਕਾਲੀ ਦਲ ਦੀ ਜਦੋਂ ਗੱਲ ਆਏਗੀ ਉਦੋਂ ਦੀ ਗੱਲ ਹੈ ਨਾ ਜੀ, ਅਜੇ ਤੱਕ ਤੇ ਅਸੀਂ ਲਹਿਰ ਜਿਹੜੀ ਚਲਾਏਗੀ ਉਹਦੇ ਸਮਝੋ ਇੱਕ ਸਾਡੇ ਵੱਲੋਂ ਟੀਮ ਹੀ ਚੱਲ ਰਹੀ ਹੈ ਨਾ, ਕਿਉਂਕਿ ਉਹ ਜਿਸ ਤਰੀਕੇ ਦੀ ਉਹਨਾਂ ਦੀ ਸ਼ਖਸੀਅਤ ਲੈਗੇਸੀ ਹੈ। ਚਲੋ ਦੇਖੋ ਜਿਸ ਮਸਤਕ ਭਾਗ ਸੁਲਾਗਾ ਸੇ ਗੁਰ ਜੈਸਾ ਨਾਹੀ ਕੋ ਦੇਵ, ਇਹ ਜਿਹਦੇ ਭਾਗਾਂ ਚ ਹੋਵੇ ਪਤਾ ਨੀ ਹੁੰਦਾ ਕਿਹਦੇ ਭਾਗਾਂ ਚ ਮਿਲ ਜਾਣੀ, ਭਾਗਾਂ ਚ ਤੁਹਾਡੇ ਵੀ ਹੋ ਸਕਦਾ, ਕਿਸੇ ਦੇ ਵੀ ਹੋ ਸਕਦਾ। ਇਹ ਵਾਰ ਵਾਰ ਜਿਹੜੇ ਕਹਿੰਦੇ ਹੋ, ਮੈਂ ਤੇ ਇਹ ਗੱਲ ਕਹਿਣੀ ਹੈ ਜਿਹਦੇ ਭਾਗਾਂ ਚ ਹੋਵੇ ਉਹਨੂੰ ਮਿਲ ਜਾਂਦੀ ਹੈ ਜੀ। ਦੂਸਰਾ ਵੀ ਕਿਉਂਕਿ ਹੁਣ ਅੱਗੋਂ SGPC ਦੀਆਂ ਇਲੈਕਸ਼ਨ ਆਣੀਆਂ ਨੇ, ਤੁਸੀਂ ਵੀ ਤਿਆਰੀ ਕਸ ਰਹੇ ਹੋ ਸਾਰੀ ਆਪਣੀ ਪੂਰੀ ਟੀਮ, ਅਕਾਲੀ ਦਲ ਦੇ ਜਿਹੜੇ ਧਾਮੀ ਸਾਹਿਬ ਨੇ ਉਹ ਵੀ ਵੋਟਾਂ ਦਾ ਜ਼ਿਕਰ ਕਰ ਰਹੇ ਹੈ, ਕੀ ਅੰਮ੍ਰਿਤਪਾਲ ਹੋਰਾਂ ਦੇ ਨਾਲ ਤੁਸੀਂ ਚੱਲਣ ਲਈ ਤਿਆਰ ਹੋ? ਚਰਚਾਵਾਂ ਇਸ ਤਰੀਕੇ ਦੀਆਂ ਨੇ, ਜਿਵੇਂ ਜਲੰਧਰ ਇਲੈਕਸ਼ਨ ਵੀ ਹੋਈ ਉੱਥੇ ਵੀ ਸਮਰਥਨ ਮੰਗਿਆ ਗਿਆ, SGPC ਅੰਮ੍ਰਿਤਪਾਲ ਦੇ ਨਾਲ ਤੁਹਾਡੇ ਸਾਥੀ ਸਾਰੇ ਚੱਲਣ ਲਈ ਤਿਆਰ? ਦੇਖੋ ਅਸੀਂ ਤੇ ਹਰ ਵੋਟਰ ਤੋਂ ਸਮਰਥਨ ਮੰਗਿਆ, ਜਿਹੜੇ ਪਰਿਵਾਰਕ ਤੌਰ ਤੇ ਕਿਸੇ ਦੀ ਕੀ ਆਵਾਜ਼ ਹੁੰਦੀ ਹੈ, ਕੋਈ ਕੀ ਬੋਲਦਾ, ਮੈਂ ਉਹ ਨਹੀਂ ਕਹਿ ਸਕਦੀ, ਪਰ ਅੰਮ੍ਰਿਤਪਾਲ ਸਿੰਘ ਇੱਕ ਨਿੱਜੀ ਤੌਰ ਤੇ ਚੋਣ ਲੜਿਆ ਆਜ਼ਾਦ, ਕੋਈ ਪਾਰਟੀ ਤੇ ਹੈ ਨਹੀਂ ਉਹਨਾਂ ਨੇ ਬਣਾਈ, ਸੋ ਉਹਨਾਂ ਨੇ ਚੋਣ ਲੜੀ ਹੈ, ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ, ਲੋਕਾਂ ਨੇ ਵੋਟਾਂ ਪਾਈਆਂ, ਕਿਉਂਕਿ ਪੰਥਕ ਤੌਰ ਦੇ ਉੱਤੇ ਲੋਕਾਂ ਦੇ ਮਨ 'ਚ ਆਈ ਕਿ ਅਸੀਂ ਨਾ ਆਮ ਨੂੰ ਪਾਉਣੀ ਹੈ, ਨਾ BJP ਨੂੰ ਪਾਉਣੀ ਹੈ, ਨਾ ਕਾਂਗਰਸ ਨੂੰ ਪਾਉਣੀ ਹੈ। ਅਕਾਲੀ ਦਲ ਤੋਂ ਨਾਰਾਜ਼ ਸੀਗੇ, ਨਾਰਾਜ਼ ਸੀਗੇ ਸਰ ਤੋਂ, ਦੂਰੀ ਬਣਾ ਕੇ ਬੈਠੇ ਸੀਗੇ, ਫਿਰ ਉਹਨਾਂ ਨੇ ਇਹੀ ਇੱਕ ਸਮਝਿਆ ਕਿ ਜਿਹੜੀ ਪੰਥਕ ਸੋਚ ਲੈ ਕੇ ਜਿਹੜੇ ਤੁਰਦੇ ਆ ਉਹ ਵੋਟਾਂ ਇੱਧਰ ਪਾਓ। ਬਹੁਤ ਅੱਛੀ ਗੱਲ ਹੈ, ਉਹ ਜਿੱਤੇ ਹੈ, ਮੈਂਬਰ ਪਾਰਲੀਮੈਂਟ ਬਣੇ ਹੈ, ਉਹਨਾਂ 'ਤੇ NSA ਫਜ਼ੂਲ ਹੀ ਲੱਗੀ ਹੋਈ ਹੈ, ਨਹੀਂ ਲੱਗਣੀ ਚਾਹੀਦੀ, ਕਿਉਂਕਿ ਜਿੰਨਾ ਕੁ ਦੋਸ਼ ਹੋਵੇ ਉਹ ਪਰਚਾ ਦਰਜ ਹੋਣਾ ਚਾਹੀਦਾ, ਪਰ NSA ਵਾਲੀ ਉਹ ਗੱਲ ਬਣਦੀ ਨਹੀਂ ਸੀ ਜਿਹੜੀ ਉਹਨਾਂ 'ਤੇ ਲਾਈ ਹੈ। ਇਹ ਸਰਕਾਰ ਦੀ ਜੱਕੀ ਪੋਲਿਸੀ ਹੈ ਅਸੀਂ ਨਹੀਂ ਕਹਿ ਸਕਦੇ, ਪਰ ਇਹ ਹੈਗਾ ਕਿ ਉਹ ਬਾਹਰ ਆਉਣ, ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਕੰਮ ਕਰਨ, ਲੋਕਾਂ 'ਚ ਵਿਚਰਨ, ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਹੁੰਦੀਆਂ ਉਹਨਾਂ ਨੂੰ ਪੂਰਾ ਕਰਨ। ਸਰਬਜੀਤ ਖਾਲਸਾ ਹੋਰੀ ਵੀ ਕਹਿ ਰਹੇ ਅਸੀਂ ਪਾਰਟੀ ਬਣਾ ਰਹੇ ਹਾਂ, ਤਾਂ ਕੀ ਉਹਨਾਂ ਨਾਲ ਕੋਈ ਕੋਆਰਡੀਨੇਸ਼ਨ ਖਾਲਸਾ ਹੋਰਾਂ ਨਾਲ ਕਿਸੇ ਨਾਲ ਹੋਇਆ ਜਾਂ ਰਾਬਤਾ ਕਾਇਮ ਕਰੋਗੇ? ਉਹ ਬਣੇ ਆ ਜੀ, ਅਸੀਂ ਉਹਨਾਂ ਵਧਾਈ ਦਿੱਤੀ ਹੈ, ਖੁਸ਼ੀ ਹੈ ਉਹ ਜਿੱਤੇ ਨੇ, ਬਹੁਤ ਚੰਗੀ ਗੱਲ ਸੇਵਾ ਕਰਨ, ਪਰ ਕੋਈ ਐਸੀ ਗੱਲ ਨਹੀਂ ਕਿ ਅਸੀਂ ਕੋਈ ਰਾਬਤਾ ਕਰਕੇ ਪਾਰਟੀ ਬਣਾਈਏ ਜਾਂ ਕੁਛ ਵੀ, ਅਸੀਂ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹਨੂੰ ਅਸੀਂ ਸੁਧਾਰਨਾ, ਇਹਨੂੰ ਤਕੜਾ ਕਰਨਾ, ਅੱਗੇ ਕਿੱਦਾਂ ਸਮਾਂ ਆਉਂਦਾ ਉਹ ਬਾਅਦ ਦੀ ਗੱਲ। ਬਾਲ ਸਾਹਿਬ ਨੂੰ ਕੁਛ ਕਹਿਣਾ ਚਾਹੋਗੇ? ਮੈਂ ਕੀ ਕਹਿਣਾ ਜੀ, ਇਸ ਤੇ ਕਹਿ ਕਹਿ ਥੱਕ ਗਏ, ਉਹਨਾਂ ਕਿਹੜੀ ਸੁਣੀ ਸਾਡੀ ਗੱਲ। ਕਹਿੰਦੇ ਇਸ ਕਰਕੇ ਵੀ ਹੈ ਤੁਹਾਡੀ ਨਾਰਾਜ਼ਗੀ ਜਾਂ ਤੁਹਾਡੇ ਨਾਲ ਜਿਹੜੇ ਮਨ ਮੁਟਾਵ ਹਰਸਿਮਰਤ ਬਾਦਲ ਹੋਰਾਂ ਨਾਲ ਜ਼ਿਆਦਾ ਹੁੰਦੇ ਸੀ, ਉਹ ਤੁਹਾਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਸੀ, ਇਸ ਕਰਕੇ ਕਈ ਸਾਰੀਆਂ ਗੱਲਾਂ ਬਾਤਾਂ ਕਈ ਵਾਰ ਵੀ ਇਸ ਤਰੀਕੇ ਨਾਲ ਹੋਈਆਂ, ਪਹਿਲਾਂ ਤੁਹਾਨੂੰ ਵੀ ਕਮਿਟਮੈਂਟ ਕੀਤੀ ਪ੍ਰਧਾਨਗੀ ਨੂੰ ਉਸ ਵੇਲੇ, ਫਿਰ ਬਾਅਦ ਵਿੱਚ ਚੀਜ਼ਾਂ ਹੋਈਆਂ, ਕੀ ਘਟਨਾ ਕਰੋ? ਚਲੋ ਉਹ ਤੇ ਜੀ ਦੇਖੋ ਗੱਲ ਇਹ ਸੀ, ਮੇਰੀ ਕੋਈ ਨਿੱਜੀ ਤੌਰ ਤੇ ਉਹਨਾਂ ਨਾਲ ਕੋਈ ਐਸੀ ਗੱਲ ਨਹੀਂ ਸੀ, ਬਰਸਤਕਾਰ ਉਹ ਵੀ ਕਰਦੇ ਸੀ, ਮੈਂ ਵੀ ਕਰਦੀ ਸੀ, ਪਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਆਉਂਦੀ ਸੀ 550 ਸਾਲਾਂ ਦੇ ਉੱਤੇ ਸੁਲਤਾਨਪੁਰ ਲੋਧੀ, ਉੱਥੇ ਕੁਝ ਐਸੀਆਂ ਘਟਨਾਵਾਂ ਸੀ ਜਿਹੜੀਆਂ ਕਿ ਉਹ ਗੁਰਮਤ ਦੇ ਖਿਲਾਫ ਸੀ, ਸਿਧਾਂਤਹੀਨ ਸੀ ਜਾਂ ਮਰਿਆਦਾ ਦੇ ਉਲਟ ਸੀ, ਮੈਂ ਉਹਨਾਂ ਰੋਕਦੀ ਸੀਗੀ ਤੇ ਉਹ ਮਹਿਸੂਸ ਕਰ ਗਏ। ਇਸ ਕਰਕੇ ਉਸ ਵੇਲੇ ਜਦੋਂ, ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਹੁਣ ਤੁਸੀਂ ਇੱਥੋਂ ਅੱਗੋਂ ਚੱਲਣਾ, ਸਾਰਾ ਕੁਝ ਕਰਨਾ, ਚਲੋ ਮੈਨੂੰ ਤਾਂ ਕੋਈ ਗੁੱਸਾ ਨਹੀਂ ਸੀਗਾ, ਪਰ ਸ਼ਾਇਦ ਉਹਨਾਂ ਦੇ ਮਨ 'ਚ ਗੁੱਸਾ ਹੋਵੇ ਕਿ ਮੈਨੂੰ ਕਿਉਂ ਰੋਕਦੇ ਆ, ਮੈਂ ਤਾਂ ਨਹੀਂ ਸੀ ਕੋਈ ਇੱਦਾਂ ਦੀ ਮਨ 'ਚ, ਮੈਂ ਤਾਂ ਇਹੀ ਕਹਿੰਦੀ ਸੀ ਵੀ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ 'ਚ ਤੁਹਾਨੂੰ ਸਿੱਧੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ,
ਇਹ ਪ੍ਰਧਾਨ ਜੀ ਜਾਂ ਮੈਂਬਰ ਤੁਸੀਂ ਸੁਝਾਅ ਦੇ ਸਕਦੇ ਹੋ, ਸੁਝਾਅ ਦੇਵੋ, ਪਰ ਡਾਇਰੈਕਟ ਜਿਹੜੀ ਉੱਥੇ ਦੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਦਖਲ ਅੰਦਾਜ਼ੀ ਜਦੋਂ ਕਰਦੇ ਫਿਰ ਸਿੱਖ ਕੌਮ ਗੁੱਸਾ ਕਰਦੀ ਸੀ, ਫਿਰ ਉਹ ਗੱਲਾਂ ਨੂੰ ਨਹੀਂ ਚੰਗਾ ਲੱਗਾ ਹੋਏਗਾ ਉਹਨਾਂ ਨੂੰ। ਅੱਛਾ, ਮਜੀਠੀਆ ਸਾਹਿਬ ਬੜੇ ਖਾਮੋਸ਼ ਨੇ, ਚੁੱਪ ਨੇ, ਚਰਚਾ ਇਹ ਵੀ ਹੈ ਕਿ ਉਹ ਤੁਹਾਡੇ ਨਾਲ ਨੇ, ਨਾਲ ਨੇ ਤੁਹਾਡੇ? ਅਸੀਂ ਸਾਰਿਆਂ ਨਾਲ ਹੀ ਹਾਂ ਜੀ। ਨਹੀਂ ਉਹ ਤੁਹਾਡੇ ਨਾਲ ਨੇ? ਨਹੀਂ ਕੋਈ ਗੱਲ ਹੀ ਨਹੀਂ ਹੋਈ ਕਦੀ, ਉਹ ਆਪਣੇ ਕੰਮ ਮਸਤੀ ਨੇ, ਉਹ ਮੇਰੇ ਖਿਆਲ ਕੇਸ ਕੂਸ ਹੀ ਲੜ ਲਏ ਆ। ਗੱਲਬਾਤ ਪਰਦੇ ਦੇ ਪਿੱਛੇ ਉਹ ਤੇ ਨਹੀਂ ਕੋਈ ਰੋਲ ਨਿਭਾਰੇ? ਨਹੀਂ ਕਦੀ। ਪੱਕੀ ਗੱਲ? ਨਾ ਮੇਰੇ ਨਾਲ ਨਹੀਂ ਕਦੀ ਕਮਿਟਮੈਂਟ, ਨਹੀਂ ਸੱਚਾਈ, ਮੈਂ ਝੂਠ ਨਹੀਂ ਬੋਲਦੀ ਹੁੰਦੀ ਜੀ, ਸੱਚਾਈ। ਕਿਸੇ ਹੋਰ ਲੀਡਰ ਤੁਹਾਡੇ ਨਾਲ? ਜਿਹੜੇ ਕਿਸੇ ਨਾਲ ਨਹੀਂ ਜੀ। ਹਾਂ ਨਹੀਂ, ਮਜੀਠੀਆ ਹੋਰਾਂ ਦੀ ਕਿਸੇ ਹੋਰ ਨਾਲ ਗੱਲਬਾਤ ਚੱਲਦੀ ਹੈ? ਕਹਿੰਦੇ ਉਹ ਚੁੱਪ ਨੇ, ਉਸ ਤਰੀਕੇ ਨਾਲ ਰਿਐਕਟ ਨਹੀਂ ਕਰ ਰਹੇ? ਮੇਰਾ ਨਹੀਂ ਖਿਆਲ ਕੋਈ ਬਹੁਤੀ ਹੋਵੇ ਉਦਾਂ ਤੇ ਗੱਲਬਾਤ। ਪਰਵਿੰਦਰ ਢੀਂਡਸਾ ਕਹਿੰਦੇ ਸੀ ਵੀ, ਮੈਂ ਇੱਕ ਦਿਨ ਫੋਨ ਤੇ ਗੱਲ ਹੋਈ ਸੀਗੀ, ਕਹਿੰਦੇ ਕਿਸ ਤਰ੍ਹਾਂ ਆਉਂਦੇ ਆ ਬੈਠਦੇ ਆ, ਇੱਦਾਂ ਤੇ ਪਿਆਰ ਤੇ ਸਾਰਿਆਂ ਨਾਲ ਹੀ ਹੈ ਜੀ। ਜੇ ਹੁਣ ਮੰਨ ਲਓ ਸਾਡੇ ਲੀਡਰ ਨੇ ਜਿਹੜੇ ਕੋਈ, ਉਹ ਵੱਖਰੀ ਗੱਲ ਹੈ ਕਿ ਜਾਣ ਕੇ ਅਸੀਂ ਇੱਕ ਦੂਜੇ ਨੂੰ ਦੁਸ਼ਮਣੀ ਬਣਾਈ ਜਾਈਏ, ਤੇ ਜੇ ਅਸੀਂ ਨਿੱਜੀ ਤੌਰ ਤੇ ਸਾਡਾ ਕੋਈ ਹੈ ਹੀ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਸਤਿ ਸ਼੍ਰੀ ਅਕਾਲ, ਜਿੱਥੇ ਮਿਲਣਗੇ ਬੋਲਾਂਗੇ ਵੀ, ਬੈਠਾਂਗੇ ਵੀ ਕੋਲ, ਕੋਈ ਐਸੀ ਗੱਲ ਹੀ ਨਹੀਂ ਸਰ। ਅੱਛਾ, ਇੱਕ ਇਹ ਵੀ ਜਿਹੜੇ ਸੁਖਬੀਰ ਬਾਦਲ ਹੋਰਾਂ ਨਾਲ ਖੜੇ ਆ, ਉਹ ਕਹਿੰਦੇ ਤੁਸੀਂ ਪ੍ਰਧਾਨ ਕੀ ਦਾ ਇੰਨਾ ਰੋਲਾ ਪਾ ਰਹੇ ਹੋ, ਪ੍ਰਧਾਨ ਹਟਾਓ, ਪ੍ਰਧਾਨ ਹਟਾਓ। ਕਹਿੰਦੇ ਫਿਰ ਇਲੈਕਸ਼ਨ ਕਰਾ ਕੇ ਦੇਖ ਲਓ, ਪਤਾ ਲੱਗ ਜਾਏਗਾ ਕਿ ਉਹਨਾਂ ਕੋਲ ਕਿੰਨੇ ਨੰਬਰ ਹੈ, ਤੁਹਾਡੇ ਕੋਲ ਕਿੰਨੇ ਨੰਬਰ, ਤੁਸੀਂ ਹਮੀ ਭਰੋ ਕਿ ਇਲੈਕਸ਼ਨ ਕਰਾਓ ਪ੍ਰਧਾਨ ਕੀ। ਚਲੋ ਇੱਦਾਂ ਕਰਨਾ, ਜਿਹੜੀਆਂ ਰਸੀਦਾਂ ਛਪਾਉਣ ਤੇ ਭਰਤੀ ਕਰੀਏ, ਸਾਨੂੰ ਵੀ ਦੇਣ ਕਾਪੀਆਂ, ਪਰ ਉਹਨਾਂ ਨੇ ਨਹੀਂ, ਇਸੇ ਕਰਕੇ ਤੇ ਉਹਨਾਂ ਕੀਤਾ ਵੀ ਕੋਰ ਕਮੇਟੀ ਜਿਹੜੀ ਭੰਗ ਕੀਤੀ ਹੈ ਵੀ ਰਸੀਦਾਂ ਛਪਾਵਾਂਗੇ ਤੇ ਨਹੀਂ ਦੇਵਾਂਗੇ, ਇਹੀ ਗੱਲ ਹੋਏਗੀ ਨਾ ਜੀ। ਕਾਪੀਆਂ ਦੇਣ, ਅਸੀਂ ਵੀ ਭਰਤੀ ਕਰਾਂਗੇ, ਉਹ ਵੀ ਭਰਤੀ ਕਰ ਲੈਣ, ਭਰਤੀ ਦੇ ਹਿਸਾਬ ਨਾਲ ਚੱਲ ਪਾਂਗੇ, ਇਹ ਕਿਹੜੀ ਗੱਲ ਹੁੰਦੀ ਹੈ ਜੀ? ਇਹਦਾ ਮਤਲਬ ਕਿ ਚੈਲੰਜ ਤੇ ਆ ਗਏ, ਚੈਲੰਜ ਹੀ ਕਰਨਾ। ਤੁਹਾਡੇ ਕੋਲ ਹੈ ਨੰਬਰ ਇਹਨੇ ਕੀ, ਜੇ ਪ੍ਰਧਾਨਗੀ ਦੇ ਕੱਲ ਨੂੰ ਇਲੈਕਸ਼ਨ ਹੋ ਜਾਂਦੇ ਤੁਹਾਡੇ ਕੋਲ ਨੰਬਰ? ਨਹੀਂ, ਹੁਣ ਤੇ ਭਰਤੀ ਨਹੀਂ ਹੋਈ, ਹੁਣ ਤੇ ਭਰਤੀ ਹੋਵੇਗੀ ਤੇ ਅੱਗੇ ਚੋਣ ਆਏਗੀ ਨਾ, ਡੈਲੀਗੇਟਸ ਸਾਡੇ ਕੋਲ ਹੈਗੇ ਹੀ ਆ ਜੀ, ਪਰ ਅਸੀਂ ਹੁਣ ਡੈਲੀਗੇਟ ਜਿਹੜੀ ਹੈ ਉਹ ਦਿਨ ਕਿਹੜੇ ਰਹਿ ਗਏ ਜੀ? ਮੈਂ ਕਿਹਾ ਨਵੰਬਰ ਚ ਤੇ ਮੁੜ ਕੇ ਭਰਤੀ ਹੋਣੀ, ਹੁਣ ਕਾਪੀਆਂ ਛਪਣੀਆਂ, ਕਾਪੀਆਂ ਦੀ ਸਾਨੂੰ ਦੇਣ ਕਾਪੀਆਂ, ਜਿੱਦਾਂ ਅੱਗੇ ਅਸੀਂ ਪੰਜ ਪੰਜ ਛੇ ਛੇ ਲੱਖ ਦੀਆਂ ਛਪਦੇ ਸੀਗੇ, ਉਹਦੇ ਹਿਸਾਬ ਨਾਲ ਚੱਲਣ ਫਿਰ। ਗਲਤ ਗੱਲਾਂ ਕਿਉਂ ਕਰ ਰਹੀਆਂ ਜੀ ਐਵੇਂ, ਇਹ ਕੋਈ ਗੱਲਾਂ ਨੇ ਫਜ਼ੂਲ ਦੀਆਂ? ਇਹਦਾ ਮਤਲਬ ਕਿ ਇੱਕ ਪ੍ਰਧਾਨ ਹੋ ਕੇ ਕੁਰਸੀ ਪਿਆਰੀ ਹੈ ਕਿ ਸਿਧਾਂਤ ਪਿਆਰੇ ਨੇ, ਕੌਮ ਪਿਆਰੀ ਹੈ ਨੀ, ਕੁਰਸੀ ਨਾਲ ਚੰਬੜੇ ਸਾਨੂੰ, ਮੈਨੂੰ ਕੀ ਤਕਲੀਫ ਹੈ ਜੀ ਦੱਸੋ? ਮੈਂ ਤੇ ਮੰਗਦੀ ਨੀ ਉਹਦੀ ਪ੍ਰਧਾਨਗੀ, ਪਰ ਉਹਦਾ ਕੀ ਫਰਜ਼ ਬਣਦਾ ਕੌਮ ਪ੍ਰਤੀ? ਅੱਛਾ, ਲਾਸਟ ਸਵਾਲ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਬਿਨਾਂ ਤੁਸੀਂ ਸਾਰੇ ਇਕੱਠੇ ਹੋ ਸਕਦੇ ਹੋ ਜਾਂ ਪ੍ਰਧਾਨ ਬਦਲਣ ਤੇ ਹੀ ਇਕੱਠੇ ਹੋਣਗੇ? ਬਹੁਤਾ ਪ੍ਰਧਾਨਗੀ ਤੇ ਨਾ ਜ਼ੋਰ ਦਿਓ, ਨਹੀਂ ਜ਼ੋਰ ਹੀ ਸਾਰਾ ਆਉਂਦੇ ਦੇ, ਹੋਰ ਤੇ ਕੋਈ ਮਸਲਾ ਹੀ ਇੱਡਾ ਨਹੀਂ। ਮੈਂ ਸਿੱਧਾ ਉਹਨੂੰ ਆਪ ਚਾਹੀਦਾ ਸੀ, ਜਦੋਂ ਅਸੀਂ ਗੱਲ ਕਰਦੇ ਸੀ ਉਹਨੂੰ ਚਾਹੀਦਾ ਸੀ, ਜਿਹੜੀ ਉਹਨਾਂ ਨੇ ਜੋ ਰਿਪੋਰਟ, ਇਹਦਾ ਮਤਲਬ ਪਬਲਿਕ ਦੀ ਰਿਪੋਰਟ ਨੂੰ ਮੰਨਣਾ ਨਹੀਂ ਸੀ? ਨਹੀਂ, ਮੇਰਾ ਇਹ ਸੀਗਾ ਕਿ ਜੇ ਉਹ ਪ੍ਰਧਾਨ ਰਹਿੰਦੇ ਨੇ, ਪ੍ਰਧਾਨ ਰਹਿੰਦੇ ਨੇ, ਇਕੱਠੇ ਹੋ ਸਕਦੇ ਹੋ ਜਾਂ ਪ੍ਰਧਾਨ ਹਟਣ ਤੇ ਇਕੱਠੇ ਹੋਵੋਗੇ? ਚਲੋ ਜੀ ਗੱਲ ਸੁਣੋ, ਅਸੀਂ ਆਪਣਾ ਜ਼ੋਰ ਲਾ ਰਹੇ ਹਾਂ ਪਾਰਟੀ ਸੁਧਾਰਨ ਲਈ, ਆਪਣਾ ਪਾਰਟੀ ਦੇ ਜ਼ੋਰ ਲਾਈ ਜਾਂਦੇ, ਪਾਰਟੀ ਸੁਧਾਰਨੀ ਹੈ, ਪਾਰਟੀ ਤੱਕ ਨਹੀਂ ਕਰਨੀ ਹੈ ਨਾ? ਪਰ ਇਦਾਂ ਦੇ ਵਖਰੇਵਾਂ ਵੱਧ ਰਹੇ, ਜੇ ਦੱਸੋ ਅਸੀਂ ਅਕਾਲੀ ਦਲ ਦੇ ਖਿਲਾਫ਼ ਬੋਲ ਰਹੇ ਹਾਂ ਜਾਂ ਅਸੀਂ ਉਹਨਾਂ ਦੇ ਖਿਲਾਫ਼ ਬੋਲ ਰਹੇ ਹਾਂ? ਇਸ ਤੋਂ ਕੋਈ ਮਾੜਾ ਸ਼ਬਦ ਹੀ ਨਹੀਂ ਬੋਲਦੇ ਜੀ, ਉਹ ਬੋਲਦੇ ਆ, ਉਹ ਸਾਡੇ ਖਿਲਾਫ਼ ਬੜਾ ਕੁਛ ਲਾ ਰਹੇ ਆ ਜੀ, ਕਦੇ ਗਦਾਰ ਕਹਿੰਦੇ ਸਾਨੂੰ, ਕਦੇ ਸਾਨੂੰ ਕਹਿੰਦੇ ਰੁਤਬੇ ਬੜੇ ਮਾਣੇ ਆ ਜੀ। ਜੇ ਅਸੀਂ ਕਿਤੇ MLA ਬਣੇ ਹਾਂ, ਲੋਕਾਂ ਨੇ ਵੋਟਾਂ ਪਾਈਆਂ ਤੇ ਅਸੀਂ ਚੁਣ ਕੇ ਗਏ ਉੱਥੇ, ਜੇ ਅਸੀਂ MLA ਬਣੇ ਹਾਂ ਤੇ ਮੁੱਖ ਮੰਤਰੀ ਉਹ ਬਣੇ, ਜੇ ਉਹ ਪ੍ਰਧਾਨ ਬਣੇ ਆ ਤੇ ਅਸੀਂ ਉਹਨੇ ਨਾਲ ਚੱਲੇ ਹਾਂ ਤੇ ਉਹਨੂੰ ਪ੍ਰਧਾਨ ਬਣਾਇਆ ਤੇ ਉਹਨੇ ਅੱਗੇ ਅਹੁਦੇ ਦਿੱਤੇ, ਜੇ ਅਹੁਦੇ ਦਿੱਤੇ ਤੇ ਜੇ ਅਸੀਂ ਅਹੁਦੇ ਨਾਲ ਬੇਇਨਸਾਫੀ ਕੀਤੀ ਫਿਰ ਕਰਨ ਅਹੁਦਿਆਂ ਦੇ ਅਹੁਦਾ ਤੇ ਕੋਈ ਨੂੰ ਦਿੱਤਾ ਤੇ 10-10 ਗੁਣਾ 50-50 ਗੁਣਾ ਕੰਮ ਕਰਕੇ ਦੱਸਿਆ, ਉਹਨਾਂ ਨੂੰ ਜ਼ਿਆਦਾ ਕੰਮ ਕਰਕੇ ਦੱਸਿਆ, ਕਿੱਥੇ ਨਹੀਂ ਇਹ ਕਢਾਈ ਅਸੀਂ, ਕਿੱਥੇ ਨਹੀਂ ਕੰਮ ਕੀਤਾ? ਇਕੱਲਾ ਬੰਦਾ ਨਹੀਂ ਕੁਛ ਵੀ ਕਰ ਸਕਦਾ ਪਾਰਟੀ ਲਈ, ਠੀਕ ਹੈ, ਹਰ ਇੱਕ ਆਪਣੀ ਡਿਊਟੀ ਕਰਦਾ। ਧੰਨਵਾਦ ਨਿਊਜ਼ 18 ਨੂੰ ਸਮਾਂ ਦੇਣ ਲਈ।
ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਪੰਕਜ ਪਾਈ ਨਿਊਜ਼ 18 ਜਲੰਧਰ।